ਤੁਸੀਂ ਹਲੇ ਆਪਣਾ ਢੇਰੀਆਂ ਵਾਲਾ ਪਾੜਾ ਆਪਦਾ ਵੀ ਨਹੀਂ ਸੀ ਟੱਪਿਆ, ਉਧਰਲੀ ਸਾਈਡ ਗਏ ਨਹੀਂ ਸੀ ਤੁਸੀਂ, ਬਾਈ ਵਾਲੀ ਸਾਈਡ ਖੜੇ ਬਹੁਤ ਥਾਪੀਆਂ ਮਾਰੀ ਜਾਂਦੇ ਸੀ ਬਈ। ਗਰਾਊਂਡ 'ਚ ਕੋਈ ਸੀਨੀਅਰ ਨਹੀਂ, ਕੋਈ ਜੂਨੀਅਰ ਨਹੀਂ, ਬਾਹਰ ਜਿਹੜਾ ਸੀਨੀਅਰ ਆਪਾਂ ਫੁੱਲ ਰਿਸਪੈਕਟ ਕਰੀਦੀ ਆ, ਜਿੰਨਾ ਚਿਰ ਅੰਕਲ ਖੜੀ ਆ ਉਨਾ ਚਿਰ ਸਾਰੇ ਆ। ਜਦੋਂ ਆਪਾਂ ਮਾੜਾ ਜਿਹਾ ਡਾਊਨ ਹੋ ਗਏ ਉਦੋਂ ਤਾਂ ਤੁਹਾਨੂੰ ਪਤਾ ਹੀ ਆ, ਸਾਰੇ ਫੋਨ ਕਰਨੋਂ ਵੀ ਅੜ ਜਾਂਦੇ। ਹੁਣ ਪਲੇਅਰ ਬੰਦਾ ਯਾਰ, ਪਲੇਅਰ ਨੇ ਇਕੱਲੇ ਨੇ ਘਰੋਂ ਜਾਣਾ, ਠੀਕ ਆ, ਪਲੇਅਰ ਗੈਂਗਸਟਰ ਨਾਲ ਕਿੱਥੋਂ ਰਲ ਜੂ ਯਾਰ। ਪ੍ਰਮੋਟਰ ਵਧੀਆ ਵੀ ਆ ਕਈ ਵਿੱਚ, ਤੁਹਾਨੂੰ ਪਤਾ ਹੈ ਨਾ, ਮਾੜੇ ਵੀ ਹੁੰਦੇ ਆ ਬਈ। ਕਈ ਵੀਰ ਦੇਖਿਆ ਵੀ ਭਾਵੇਂ ਤੁਸੀਂ ਮੈਚ ਜਿੱਤ ਕੇ ਗਰਾਊਂਡ 'ਚੋਂ ਬਾਹਰ ਆਉਂਦੇ ਹੋਵੋ ਜਾਂ ਆਉਂਦੇ ਹੋਵੋ ਹਾਰ ਕੇ, ਚਿਹਰੇ 'ਤੇ ਖੁਸ਼ੀ ਉਨੀ ਹੁੰਦੀ ਆ ਤੁਹਾਡੇ, ਹੈ ਨਾ, ਖੁਸ਼ੀ ਹਾਸਾ ਉਹੀ ਰਹਿੰਦਾ ਦੀਪ 'ਤੇ। ਬਾਹਰ ਆ ਕੇ ਮੈਨੂੰ ਭਲਵਾਨ ਨੇ ਬਹੁਤ ਗਾਲਾਂ ਕੱਢੀਆਂ, ਬਹੁਤ ਜ਼ਿਆਦਾ ਗਾਲਾਂ ਕੱਢੀਆਂ, ਇੰਨਾ ਦੁੱਖ ਲੱਗਾ ਉਸਤਾਦ, ਮੈਨੂੰ ਪਤਾ ਮੈਂ ਕਿੱਦਾਂ ਘਰੇ ਆਇਆ ਉਦਣ। ਅੱਛਾ, ਹਾਂ, ਬੜਾ ਦੁੱਖ, ਦੋ ਨਾ ਖੇਡਣ ਨੂੰ ਨਾ ਦਿਲ ਕਰੇ ਬਾਜ, ਤੇ ਮੈਂ ਡੰਡ ਮਾਰਾਂ, ਪੰਜ ਕੁ ਡੰਡ ਮਾਰਾਂ ਬਹਿ ਜਾਂ, ਫਿਰ ਪੰਜ ਛੇ ਮਾਰਾਂ ਬਹਿ ਜਾਂ, ਕਹਿੰਦਾ 100 ਪੂਰਾ ਕਰਨਾ ਜਿੱਦਾਂ ਮਰਜ਼ੀ ਕਰਦੇ, ਭਾਵੇਂ ਇੱਕ ਮਾਰ ਕੇ ਬਹੀ ਆ। ਜੇ ਲੰਮਾ ਸਮਾਂ ਖੇਡਣਾ ਮਿਹਨਤ ਜ਼ਰੂਰੀ ਆ, ਬਾਕੀ ਗੋਡ ਗਿਫਟ ਕਿਸੇ ਨੂੰ ਆਉਂਦਾ। ਜਿਹੜਾ ਗਲਤ ਕਰਦੇ ਆ ਹੈ ਨਾ, ਜਿਹੜੇ ਮੇਰੇ ਲਈ ਟਾਈਮ ਕੱਢਦੇ ਆ ਗਲਤ ਕਮੈਂਟ ਕਰਨ ਨੂੰ, ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਕਿ press the bell icon and never miss a video from Daily Awaaz. ਪੰਜਾਬ ਦੀ ਕਬੱਡੀ ਦੁਨੀਆ ਦੇ ਵਿੱਚ ਪੂਰੀ ਚਰਚਾ ਦੇ ਵਿੱਚ ਹੈ। ਮਾਂ ਖੇਡ ਨੇ ਸਮੇਂ-ਸਮੇਂ ਤੇ ਬੜੇ ਸੁਪਰਸਟਾਰ ਪੈਦਾ ਕੀਤੇ ਨੇ। ਅੱਜ ਅਸੀਂ ਮਾਝੇ ਦੀ ਧਰਤੀ ਤੋਂ ਪੰਜਾਬ ਦਾ ਇੱਕ ਚੋਟੀ ਦਾ ਖਿਡਾਰੀ ਲੈ ਕੇ ਆਏ ਹਾਂ। ਕਬੱਡੀ ਦੇ ਵਿੱਚ ਐਕਸ਼ਨ ਬੁਆਏ ਦੇ ਨਾਂ ਨਾਲ ਮਸ਼ਹੂਰ ਹੈ। ਥਾਪੀ ਮਾਰ ਜਾ ਲੈਨ ਉੱਤੇ ਖੜਦਾ, ਫਿਰ ਦਿਲ ਗੱਭਰੂ ਦਾ, ਉੜਜੂ ਉੜਜੂ ਕਰਦਾ, ਫਿਰ ਦਿਲ ਗੱਭਰੂ ਦਾ। ਕੁੰਡਾ ਸਿੰਘ ਧਾਲੀਵਾਲ ਦੇ ਇਹ ਲਿਖੀਆਂ ਹੋਈਆਂ ਲਾਈਨਾਂ ਦੇ ਵਾਂਗ ਵਾਕਈ ਉਹ ਨੌਜਵਾਨ ਜਿਹੜਾ ਉੜਜੂ ਉੜਜੂ ਕਰਦਾ ਹੈ। ਮੈਂ ਗੱਲ ਕਰ ਰਿਹਾ ਦੀਪ ਦਵੁਰ ਜੀ ਦੀ। ਅੱਜ ਮੁਲਾਕਾਤ ਹੋਵੇਗੀ ਦੀਪ ਦਵੁਰ ਜੀ ਦੇ ਨਾਲ, ਤੁਸੀਂ ਜੁੜੇ ਰਹੋ ਸਾਡੇ ਨਾਲ ਇਸ ਖਾਸ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਦੀਪ ਬਾਈ, ਕਾਇਮ ਹੋ? ਵਧੀਆ ਬਾਈ ਜੀ, ਕਿਰਪਾ ਸਤਿਗੁਰ ਦੀ ਜੀ। ਚਲੋ, ਅੱਜ ਸੋਚਿਆ ਸੀ ਤੁਹਾਡੇ ਨਾਲ ਮੁਲਾਕਾਤ ਕਰੀਏ, ਉੱਪਰ ਮੌਸਮ ਵੀ ਬਹੁਤ ਸੋਹਣਾ, ਪਰਮਾਤਮਾ ਸੋਹਣਾ ਹੋ ਗਿਆ ਜੀ। ਆ ਜਾਓ ਵੱਡੇ ਵੀਰ, ਬਈ ਮੈਂ ਆਪਾਂ ਬਾਈ ਗੱਲ ਕਰ ਲਈਏ ਬਾਈ, ਜਿਹੜੀ ਤੁਹਾਡੇ ਸਨਮਾਨ। ਹਾਂਜੀ ਬਾਈ, ਆ ਹੋਈ ਜੀ ਸਨਮਾਨ ਤਾਂ। ਅੱਛਾ, ਪਹਿਲੇ ਪਹਿਲਾ ਸਨਮਾਨ ਇਹ ਗੱਡੀ ਦਾ ਹੀ ਹੋਇਆ ਤੁਹਾਨੂੰ? ਨਹੀਂ ਬਾਈ, ਪਹਿਲਾਂ ਮੋਟਰਸਾਈਕਲ ਵੀ ਹੋਏ ਸੀ, ਗੱਡੀ ਪਹਿਲੀ ਆਹੀ ਆ। ਗੱਡੀ ਪਹਿਲੀ ਆ? ਹਾਂਜੀ ਹਾਂਜੀ। ਚਲੋ, ਵਧਾਈਆਂ ਕਰਦਾ ਤੁਹਾਨੂੰ, ਬਹੁਤ ਜ਼ਿਆਦੀਆਂ ਵੀਰ ਜੀ, ਅੱਜ ਗੇਟਾਂ 'ਚ ਹੀ ਖੜਾ ਰੱਖੀ ਬਾਈ ਨੇ। ਹੋਰ ਦੀਪ ਬਾਈ, ਰਾਜੀ ਖੁਸ਼ੀ ਹੋ? ਹਾਂਜੀ ਹਾਂਜੀ ਬਾਈ, ਬਹੁਤ ਵਧੀਆ ਜੀ। ਕਿਵੇਂ ਚੱਲੀ ਜਾਂਦੀ ਹੈ ਗੇਮ? ਬਹੁਤ ਵਧੀਆ ਚੱਲੀ ਜਾਂਦੀ ਜੀ, ਵਧੀਆ ਚੱਲੀ ਜਾ ਰਹੀ ਹੈ ਬਾਈ। ਅੱਛਾ ਬਾਈ, ਇਹ ਗੱਲ ਸੱਚੀ ਹੈ ਜਿਵੇਂ ਮੈਨੂੰ ਪਤਾ ਲੱਗਿਆ ਸੀ, ਕਹਿੰਦੇ ਵੀ ਜਦੋਂ ਗਰਾਊਂਡ ਦੇ ਵਿੱਚ ਦੀਪ ਦੇ ਕੋਈ ਮੂਹਰੋਂ ਥੱਪੜ ਜਾਂ ਕੋਈ ਧੱਕਾ ਜ਼ਿਆਦਾ ਮਾਰਦਾ, ਫੇਰ ਹੀ ਥਾਪੀ ਜ਼ਿਆਦਾ ਵੱਧ ਕੇ ਵੱਜਦੀ ਆ? ਹਾਂਜੀ ਹਾਂਜੀ ਬਾਈ, ਜਦੋਂ ਕੋਈ ਆਪਣੇ ਨਾਲ ਫਾਊਲ ਖੇਡੇ, ਫੇਰ ਹੀ ਆਪਾਂ ਜੀ ਫਿਰ ਕਰੀਦੇ ਵੀ ਦਿਲੋਂ ਹੀ ਆਏ ਨਹੀਂ ਕੋਈ ਕਿ ਉਤੋਂ ਉਤੋਂ। ਅੱਛਾ, ਦਿਲੋਂ ਹੀ ਕਰੀਦੇ ਆ ਜੀ, ਪੂਰੇ ਲੋਕਾਂ ਦਾ ਫੁੱਲ ਐਂਟਰਟੇਨਮੈਂਟ ਕਰੀਦਾ, ਦਰਸ਼ਕਾਂ ਦਾ, ਜਿਹੜੇ ਆਪਾਂ ਨੂੰ ਪਿਆਰ ਕਰਦੇ ਆ। ਖਿੱਚ ਜਾਂਦੇ ਹੋ ਗੁੱਸਾ ਉਸ ਰਾਹੀਂ? ਨਹੀਂ ਨਹੀਂ, ਗੁੱਸਾ ਗਾਸਾ ਨਹੀਂ ਜੀ, ਉੱਦਾਂ ਹੀ ਨਹੀਂ, ਪਿਆਰ ਨਹੀਂ। ਅੱਛਾ, ਅਗਲੇ ਨੂੰ ਬਣਾ ਲੱਗੇ ਗੁੱਸਾ, ਮੂਰਲਾ ਪਲੇਅਰ ਵੀ ਖੁਸ਼ ਹੋ ਕੇ। ਹਾਂਜੀ ਹਾਂਜੀ ਬਾਈ, ਬਾਕੀ ਆਪਾਂ ਐਕਸ਼ਨ ਕਰਦੇ, ਥਾਪੀਆਂ ਮਾਰਦੇ, ਆਪਾਂ ਨੂੰ ਅੱਜ ਤੱਕ ਕਿਸੇ ਪਲੇਅਰ ਨੇ ਕਿਹਾ ਨਹੀਂ ਗੁੱਸਾ ਨਹੀਂ ਕੀਤਾ ਕਿਸੇ ਨੇ। ਜਿਵੇਂ ਤੁਹਾਡੀ ਉਮਰ ਬਹੁਤ ਛੋਟੀ ਹੈ ਬਾਈ, ਹੈ ਨਾ, ਬਹੁਤ ਸੀਨੀਅਰ ਪਲੇਅਰਾਂ ਨਾਲ ਤੁਹਾਡਾ ਮੁਕਾਬਲਾ ਹੋ ਜਾਂਦਾ ਕਈ ਵਾਰੀ, ਉੱਥੇ ਵੀ ਤੁਸੀਂ ਥਾਪੀਆਂ ਮਾਰ ਦਿੰਦੇ ਹੋ, ਤੁਹਾਨੂੰ ਇਹ ਲੱਗਦਾ ਨਹੀਂ ਹੁੰਦਾ ਕਿਤੇ ਵੀ ਯਾਰ ਇਹ ਜ਼ਿਆਦਾ ਸੀਨੀਅਰ ਆ, ਗੁੱਸਾ ਹੀ ਨਾ ਖਾ ਜਾ? ਬਾਈ, ਗਰਾਊਂਡ 'ਚ ਕੋਈ ਸੀਨੀਅਰ ਨਹੀਂ, ਕੋਈ ਜੂਨੀਅਰ ਨਹੀਂ, ਬਾਹਰ ਜਿਹੜਾ ਸੀਨੀਅਰ ਆਪਾਂ ਫੁੱਲ ਰਿਸਪੈਕਟ ਕਰੀਦੀ ਆ, ਸਾਰੇ ਪਲੇਅਰ ਜਿੰਨੇ ਵੀ ਸੀਨੀਅਰ ਆਪਾਂ ਪੂਰੀ ਰਿਸਪੈਕਟ ਕਰੀਦੀ ਆ। ਅੱਛਾ, ਹਾਂ, ਚਾਹੇ ਗੋਪੀ ਹੋ ਜਾਏ, ਫਰੰਦੀਪੁਰੀ ਆ, ਕੋਈ ਵੀ ਜਿੰਨੇ ਸੀਨੀਅਰ ਪਲੇਅਰ ਆ, ਪਰ ਗਰਾਊਂਡ 'ਚ ਆਪਾਂ ਨਾ ਸੀਨੀਅਰ ਆ ਨਾ ਜੂਨੀਅਰ ਆ। ਹਾਂਜੀ ਜੀ, ਗਰਾਊਂਡ 'ਚ ਫਿਰ ਆਪਾਂ ਜੇ ਪਲੇਅਰ ਹੀ ਪਲੇਅਰ ਬਣਿਆ ਜਾਊਗਾ ਜੀ। ਇੱਕ ਸੀਨ ਹੋਇਆ ਸੀ ਤੁਹਾਡਾ ਜਦੋਂ ਤੁਸੀਂ ਗੋਪੀ ਬਾਈ ਦੀ ਗੱਲ ਕੀਤੀ, ਗੋਪੀ ਫਰੰਦੀਪੁਰ ਦੇ ਨਾਲ ਤੁਹਾਡਾ ਮੁਕਾਬਲਾ ਸੀ, ਤੁਸੀਂ ਹਲੇ ਆਪਣਾ ਢੇਰੀਆਂ ਵਾਲਾ ਪਾੜਾ ਆਪਦਾ ਵੀ ਨਹੀਂ ਸੀ ਟੱਪਿਆ, ਉਧਰਲੀ ਸਾਈਡ ਗਏ ਨਹੀਂ ਸੀ ਤੁਸੀਂ, ਬਾਈ ਵਾਲੀ ਸਾਈਡ ਖੜੇ ਬਹੁਤ ਥਾਪੀਆਂ ਮਾਰੀ ਜਾਂਦੇ ਸੀ ਉਹ ਬਾਈ। ਫਿਰ ਤੁਹਾਨੂੰ ਪਤਾ ਜਦੋਂ ਮੈਚ ਚੱਲਦਾ ਹੋਵੇ ਪਾਰਾ ਥੋੜਾ ਹਾਈ ਹੋ ਜਾਂਦਾ ਜੀ, ਇਹ ਕਰਕੇ ਪਤਾ ਨਹੀਂ ਲੱਗਦਾ ਉਦੋਂ ਚੱਲੀ ਜਾਂਦਾ ਕੰਮ ਜੀ। ਬਾਲੇ ਤਾਂ ਲੋਕ ਇਹ ਕਹਿੰਦੇ ਆ ਕਿ ਵੀ ਥਾਪੀਆਂ ਮਾਰ ਕੇ ਮਸ਼ਹੂਰ ਹੋਣ ਦੀ ਖਾਤਰ ਦੀਪ ਐਂ ਜੇ ਕਰਦਾ ਗਾ, ਤੁਹਾਨੂੰ ਲੱਗਦਾ ਗਾ ਵੀ ਤੁਸੀਂ ਉਹ ਗੱਲ ਹੀ ਨਹੀਂ ਕਰਦੇ ਥਾਪੀਆਂ ਜਿਹੜੀਆਂ ਮਾਰਦੇ ਹੋ? ਬਾਈ, ਮਾਰਦੇ ਹੀ ਇੰਨੇ ਜਾਣੇ ਫਿਰ ਹੋਏ ਨਹੀਂ ਮਸ਼ਹੂਰ, ਇਹਦਾ ਮਿਹਨਤ ਆ, ਮਿਹਨਤ ਕਰਕੇ ਇੱਥੋਂ ਤੱਕ ਪਹੁੰਚੇ ਆ, ਲੋਕਾਂ ਨੂੰ ਲੱਗਦਾ ਖਰੇ ਥਾਪੀਆਂ ਮਾਰ ਕੇ ਕਿ ਨਾਂ ਬਣਾ ਲਿਆ ਉਹ ਹੋ ਗਏ, ਇਹ ਤਾਂ ਹੁਣ ਇੰਨੇ ਜਾਣੇ ਮਾਰਦੇ ਆ ਤੁਹਾਡੇ ਸਾਹਮਣੇ, ਤੁਸੀਂ ਵੀ ਮੈਚ ਵਿੰਦੇ ਜੇ ਵੱਡੇ ਭਰਾ, ਬਿਲਕੁਲ, ਕਿ ਇਹ ਪਰਮਾਤਮਾ ਦੀ ਦੇਣੀ ਆ ਜੀ। ਅੱਛਾ, ਹਾਂਜੀ, ਕਿ ਥਾਪੀਆਂ ਵੀ ਕੋਈ ਕੋਈ ਲਾਈਕ ਕਰਦਾ ਕਿਸੇ ਕਿਸੇ ਦੀਆਂ, ਬਿਲਕੁਲ। ਹਾਂਜੀ, ਪਹਿਲਾਂ ਸੀਗਾ ਤੁਹਾਡੇ ਮਨ 'ਚ ਵੀ ਮੇਰਾ ਇਹ ਸਟਾਈਲ, ਜਾਂ ਕਦੋਂ ਤੁਸੀਂ ਮਨ 'ਚ ਸੋਚਿਆ ਸੀ ਮੈਂ ਹੁਣ ਤੋਂ ਇਹ ਸ਼ੁਰੂ ਕਰ ਦੇਣਾ, ਕੋਈ ਮੈਥ ਕੇ ਸ਼ੁਰੂ ਕੀਤਾ ਸੀ? ਬਾਈ, ਮੈਂ ਕੁਛ ਨਹੀਂ ਸੋਚਿਆ, ਬਸ ਆਪਣਾ ਜਿਸ ਤਰ੍ਹਾਂ ਸ਼ੁਰੂ ਤੋਂ ਗੇਮ ਖੇਡਦੇ ਸੀ ਉੱਦਾਂ ਹੀ ਮੈਂ ਥਾਪੀ ਮਾਰ ਰਿਹਾ, ਉੱਦਾਂ ਹੀ ਐਕਸ਼ਨ ਆਪਣੇ ਬੂਟਾਂ ਉਮਰੀਆਂ ਨੇ ਵਾਲਾ, ਹਾਂਜੀ, ਉਹਨੇ ਖਿਤਾਬ ਦੇ ਤਾ ਜੀ ਐਕਸ਼ਨ ਵਾਲੀ ਮਸ਼ੀਨ, ਇਹ ਤੋਂ ਹੀ ਚਲੋ ਜੀ ਚੱਲ ਪਿਆ ਜੀ ਐਕਸ਼ਨ ਬੁਆਏ, ਫਿਰ ਕਹਿਣ ਲੱਗ ਪਏ ਸੰਧੂ ਬ੍ਰਦਰ ਜੀ,
ਇਦਾਂ ਹੀ ਚੱਲ ਪਿਆ ਸਿਸਟਮ ਜੀ, ਆਪਾਂ ਤਾਂ ਕਦੀ ਸੋਚਿਆ ਵੀ ਨਹੀਂ, ਆਪਾਂ ਤਾਂ ਜਿਸ ਤਰ੍ਹਾਂ ਬਾਕੀ ਪਲੇਅਰ ਖੇਡਦੇ ਉੱਦਾਂ ਹੀ ਖੇਡਦੇ ਸੀ, ਆਪਣਾ ਇੰਟਰਟੇਨਮੈਂਟ ਕਰਦੇ ਸੀ ਘਰਦੇ ਵੀ। ਅੱਜ ਕੱਲ੍ਹ ਤਾਂ ਲਾਈਵ ਮੈਚ ਚੱਲਦੇ ਆ, ਜਦੋਂ ਤੁਹਾਨੂੰ ਖੇਡਦਿਆਂ ਨੂੰ ਘਰਦੇ ਵੇਖਦੇ ਆ ਜਾਂ ਬਾਅਦ 'ਚ ਯੂਟਿਊਬ 'ਤੇ ਚੈੱਕ ਕਰਦੇ ਹੋਣਗੇ ਤੁਹਾਡੇ ਮੈਚ ਨੂੰ, ਕੀ ਫੀਡਬੈਕ ਹੁੰਦਾ? ਕਹਿੰਦੇ ਹੁੰਦੇ ਆ ਕੁਛ ਤੁਹਾਡੀਆਂ ਥਾਪੀਆਂ ਨੂੰ ਲੈ ਕੇ ਜਾਂ ਤੁਹਾਡਾ ਜਦੋਂ ਦੂਸਰੇ ਪਲੇਅਰ ਦੇ ਮੂਹਰੇ ਨੱਚਦੇ ਹੋ ਉਸ ਐਕਸ਼ਨਾਂ ਲੈ ਕਰਦੇ ਮਾੜਾ ਹੀ ਕਰਦੇ ਹੁੰਦੇ ਆ ਕਿ ਨਾ ਕਿਸੇ ਨਾ ਕਰਿਆ ਕਰ ਇੱਦਾਂ ਉੱਦਾਂ, ਫਿਰ ਘਰਦੇ ਨੂੰ ਮੈਂ ਦੱਸਿਆ ਮੈਂ ਕਿਹਾ ਨਹੀਂ ਆਪਣਾ ਗੁੱਸਾ ਨਹੀਂ ਕਰਦਾ ਕੋਈ। ਅੱਛਾ, ਬਾਕੀ ਤੁਹਾਨੂੰ ਪਤਾ ਅੱਜ ਜਿਹੜਾ ਟਾਈਮ ਚੱਲ ਰਿਹਾ ਅੱਜ ਕੱਲ੍ਹ ਇਸ ਕਰਕੇ ਘਰਦੇ ਵੀ ਡਰਦੇ ਆਂਦੇ ਨਾ ਕਰਿਆ ਕਰ ਤੂੰ ਆਪਣਾ ਮਜ਼ੇ ਨਾਲ ਖੇਡ ਕੇ ਮੱਠਾ ਮੱਠਾ ਦੇ ਤੂੰ ਸਹੀ ਆ। ਜਿਵੇਂ ਤੁਸੀਂ ਕਿਹਾ ਅੱਜ ਦਾ ਜਿਹੜਾ ਟਾਈਮ ਚੱਲਦਾ, ਤੁਹਾਨੂੰ ਲੱਗਦਾ ਵੀ ਕਬੱਡੀ ਦਾ ਇਹ ਦੌਰ ਬਹੁਤ ਔਖਾ ਦੌਰ ਆ, ਖਤਰਨਾਕ ਸੀ? ਔਖਾ ਹੀ ਆ ਬਾਈ, ਹੁਣ ਪਲੇਅਰ ਬੰਦਾ ਯਾਰ, ਪਲੇਅਰ ਨੇ ਇਕੱਲੇ ਨੇ ਘਰੋਂ ਜਾਣਾ, ਠੀਕ ਆ, ਪਲੇਅਰ ਗੈਂਗਸਟਰ ਨਾਲ ਕਿੱਥੋਂ ਰਲ ਜੂ ਯਾਰ। ਬਿਲਕੁਲ, ਹਾਂ ਇਹ ਚੱਕਰ ਆ ਭਰਾ ਮੇਰਾ। ਕਿੰਨੀ ਕੁ ਮਿਹਨਤ ਕਰਦੇ ਹੁੰਦੇ ਹੋ ਬਾਈ? ਮਿਹਨਤ ਬਾਵਾ ਜ਼ਿਆਦਾ ਕਰਦੇ ਹੋ ਜਾਂ ਠੀਕ ਠੀਕ ਹੀ? ਮਿਹਨਤ ਕਰੀ ਨਹੀਂ ਬਾਈ ਕਦੀ ਯਾਰ, ਅੱਜ ਤੱਕ ਕਰੀ ਹੋਈ ਨਹੀਂ ਮਿਹਨਤ। ਜਿਸ ਤਰ੍ਹਾਂ ਮਿਹਨਤ ਮੇਰੀ ਇਹ ਆ, ਗਰਾਊਂਡੇ ਜਾਣਾ, ਉੱਥੇ ਆਪਾਂ ਜਵਾਕ ਲਾਏ ਹੋਏ ਆ ਖੇਡਣ ਜੀ। ਅੱਛਾ, ਇਹ ਜਿਸ ਤਰ੍ਹਾਂ 35 ਕਿਲੋ ਵਾਲੇ ਆ, ਥੋੜ੍ਹੇ 20 ਕੁ, 70 ਕਿਲੋ ਵਾਲੇ ਆ 20 ਬਾਈ। ਅੱਛਾ, ਅਤੇ ਉਹਨਾਂ ਨੇ ਖੇਡੀ ਜਾਣਾ, ਉਹਨਾਂ ਨੂੰ ਕਹਿਣਾ ਤੁਸੀਂ ਸਾਰਿਆਂ ਨੇ ਮੈਨੂੰ ਫੜਨਾ, ਜਾਂ ਉਹਨਾਂ ਕੋਲ ਏਡਾ ਪਾ ਕੇ ਉਹਨਾਂ ਨੂੰ ਲੱਗਣਾ, ਉਹਨਾਂ ਕੋਲ ਡਾਜਾਂ ਡੂਜਾਂ, ਉਹਨਾਂ ਨੂੰ ਨਿਗੇ ਨਿਗੇ ਆਪਾਂ ਡਰਦੇ ਜਾਵਾਂਗੇ। ਅੱਛਾ, ਹਾਂ ਉਹਨਾਂ ਨੇ ਪੂਰਾ ਜ਼ੋਰ ਮਾਰਨਾ ਕਿ ਜਿਸ ਤਰ੍ਹਾਂ ਸਾਡੇ ਹਾਂ ਹੁੰਦਾ ਹੀ ਆ, ਪੂਰਾ ਖੁੱਲ੍ਹ ਕੇ ਖੇਡਦੇ, ਅਤੇ ਇਹੋ ਹੀ ਮਿਹਨਤ ਆ ਜੀ, ਹੋਰ ਮਿਹਨਤ ਨਹੀਂ ਆਪਾਂ ਕਰੀ। ਜਿਵੇਂ ਆਮ ਤੁਹਾਡੀ ਕੌਡੀ ਆ, ਜਿਹੜੇ ਪਲੇਅਰਾਂ ਦੀ ਤੁਸੀਂ ਕੌਡੀ ਪਾਉਂਦੇ ਹੋ ਜਾਂ ਜਿਹੜੇ ਲੈਵਲ 'ਤੇ ਅੱਜ ਤੁਹਾਡੀ ਕਬੱਡੀ ਆ, ਹਾਂਜੀ, ਕਿਉਂਕਿ ਲੋਕਾਂ ਨੂੰ ਇਹ ਸੱਚ ਨਹੀਂ ਆਉਣਾ ਇਸ ਗੱਲ ਦਾ, ਲੋਕਾਂ ਨੂੰ ਤਾਂ ਕਹਿਣਾ ਬਹੁਤ ਚੋਰੀ ਮਿਹਨਤ ਲਾਉਂਦਾ ਹੋ। ਨਹੀਂ ਬਾਈ, ਪਲੇਅਰ ਨਾਲ ਹੀ ਰਹੇ ਆਪਣੇ ਨਾਲ, ਹੁਣ ਆਪਾਂ ਬਾਹਰ ਵੀ ਇਕੱਠੇ ਰਹੇ ਪਲੇਅਰ ਸਾਰੇ। ਅੱਛਾ, ਹਾਂ ਪਤਾ ਹੀ ਆ ਉਹਨਾਂ ਨੂੰ ਕਿੰਨੀ ਕਰਦੇ। ਅੱਛਾ, ਸੱਚੀ ਗੱਲ ਆ ਇਹ, ਜਮੇ ਨਹੀਂ ਤੁਸੀਂ ਮਿਹਨਤ? ਹਾਂਜੀ ਬਾਈ, ਮਾੜਾ ਮੋਟਾ ਜਾਂ ਕਿਤੇ ਕਰ ਲਿਆ ਕਰ ਲਿਆ, ਨਾਲ ਕਿਸੇ ਦੇ ਨਹੀਂ ਤਾਂ ਨਹੀਂ। ਅੱਛਾ, ਹਾਂਜੀ, ਫਿਰ ਇਹ ਗੋਡ ਗਿਫਟ ਹੀ ਆ ਬਾਈ, ਜਿਹੜਾ ਏਡੇ ਏਡੇ ਪਲੇਅਰਾਂ ਤੇ ਕੌਡੀ ਪਾ ਕੇ ਹੱਸਦੇ ਹੱਸਦੇ ਭੱਜ ਜਾਣਾ। ਗੋਡ ਗਿਫਟ ਹੀ ਆ ਬਾਈ, ਮੈਂ ਤਾਂ ਸੋਚਿਆ ਵੀ ਨਹੀਂ, ਨਾ ਸੁਪਨਾ ਵੀ ਨਹੀਂ ਲਿਆ ਸੀ ਇੱਥੋਂ ਤੱਕ ਪਹੁੰਚਣ ਦਾ। ਜਦੋਂ ਲੱਗੇ ਸੀ ਆ ਮੈਚ ਵਿਹਨੇ ਹੁੰਦੇ ਵੱਡੇ ਪਲੇਅਰਾਂ ਸਾਰਿਆਂ ਦੇ, ਅਤੇ ਹੁਣ ਉਹਨਾਂ ਦੇ ਨਾਲ ਖੇਡੇ ਆ, ਬੈਠੀ ਦਾ ਗੱਲਬਾਤ ਕਰੀ, ਬਹੁਤ ਖੁਸ਼ੀ ਹੁੰਦੀ ਆ ਜੀ। ਕਿਹੜੇ ਪਲੇਅਰ ਦੇ ਤੁਸੀਂ ਫੈਨ ਸੀਗੇ ਜਿਹਨੂੰ ਦੇਖ ਕੇ ਤੁਹਾਨੂੰ ਲੱਗਦਾ ਹੁੰਦਾ ਯਾਰ ਬਾਹਲੀ ਸਿਰਾ ਕੌਡੀ ਆ? ਵਰਲਡ ਕੱਪ ਦੇਖਿਆ ਜੀ ਬਾਈ ਪਹਿਲਾਂ, ਜਿਵੇਂ 10 ਜੋ ਹੋਇਆ ਸੀ ਜੀ, ਉਦੋਂ ਮੰਗੀ ਵੀ ਅਤੇ ਗਲਜਾਰੀ ਆਪਣਾ, ਹੈ ਨਾ, ਮੰਗੀ ਉਸਤਾਦ, ਤੇ ਉਦੋਂ ਜਿਸ ਤਰ੍ਹਾਂ ਇੱਥੇ ਕਹਿਣਾ ਮੈਂ ਗਲਜਾਰੀ ਹਾਂ, ਮੈਂ ਮੰਗੀ, ਇਸ ਤਰ੍ਹਾਂ ਆਪਣੇ ਆਪ ਨੂੰ ਬਣਾਉਣਾ। ਅੱਛਾ, ਇਸ ਤਰ੍ਹਾਂ ਨਾਲ ਦੇ ਮੁੰਡਿਆਂ ਦੇ ਵਿੱਚ ਹਾਂਜੀ ਹਾਂਜੀ ਆਪਣੇ ਆਪ ਨੂੰ ਮਹਿਸੂਸ ਕਰਨਾ। ਗਲਜਾਰੀ ਵਾਂਗੂ ਤੁਹਾਡਾ ਸਰੀਰ ਬਹੁਤ ਛੋਲਾ ਹੈਗਾ, ਹੁਣ ਕਾਲੇ ਗਲਜਾਰੀ ਦੀ ਜਿਹੜੀ ਖੇਡ ਹੈ। ਤੇ ਉਸ ਤੋਂ ਬਾਅਦ ਬਾਈ ਇਸ ਤਰ੍ਹਾਂ ਸਕੂਲੇ ਖੇਡਣ ਲੱਗ ਪਏ ਮਾੜਾ ਮੋਟਾ। ਅੱਛਾ, ਤੇ ਆਪਣੇ ਨਾਲ ਹੀ ਪਿੰਡ ਆ ਇੱਥੋਂ 1 ਕਿਲੋਮੀਟਰ ਭਗਤੂਪੁਰਾ, ਤੇ ਮੈਨੂੰ ਸ਼ੌਂਕ ਬਾਹਲਾ ਹੁੰਦਾ ਸੀ, ਮੇਰਾ ਫਰੈਂਡ ਆ ਇੱਕ ਆਪਣੇ ਪਿੰਡ ਦਾ ਹੀ ਆ ਨਵਜੋਤ। ਅੱਛਾ ਅੱਛਾ, ਤੇ ਉਹ ਮੈਨੂੰ ਜਿਸ ਤਰ੍ਹਾਂ ਪਤਾ ਸੀ ਇਹਨੂੰ ਸ਼ੌਂਕ ਬਾਹਲਾ, ਉਹ ਮੈਨੂੰ ਆਹ ਤੈਨੂੰ ਛੱਡ ਕੇ ਆਵਾਂ ਮੈਂ ਉੱਥੇ ਕਬੱਡੀ ਖੇਡਦੇ ਆ, ਉਹ ਮੈਨੂੰ ਛੱਡ ਆਇਆ ਬਾਈ ਪਹਿਲੇ ਦਿਨ ਜੀ, ਤੇ ਚਲੋ ਮੈਂ ਖੇਡਿਆ ਖੁਡਿਆ, ਮੈਨੂੰ ਬੜਾ ਵਧੀਆ ਲੱਗਾ। ਅੱਛਾ, ਤੇ ਬਾਅਦ ਮੈਂ 2 ਵਜੇ ਸਕੂਲ ਆਉਣਾ, ਰੋਟੀ ਰੁਟੀ ਖਾ ਕੇ 2:30-3 ਵਜੇ ਮੈਂ ਉੱਥੇ ਜਾ ਕੇ ਬਹਿ ਜਾਣਾ। ਅੱਛਾ, ਤੇ ਜਿਹੜੇ ਮੁੰਡੇ ਉੱਥੇ ਖੇਡਦੇ ਸੀ ਉਹਨਾਂ ਕਿਸੇ ਨੇ ਆਉਣਾ 4 ਵਜੇ, ਕਿਸੇ ਨੇ 5 ਵਜੇ, ਮੈਂ ਵੇਟ ਕਰਦਾ ਰਹਿਣਾ ਉਹਨਾਂ ਦੀ। ਅੱਛਾ, ਤੇ ਇਸ ਤਰ੍ਹਾਂ ਫਿਰ ਬਾਈ ਖੇਡਦੇ ਰਹੇ ਉੱਥੇ, ਖੇਡੇ 1-1.5 ਮਹੀਨਾ, ਫਿਰ ਉੱਥੇ ਹੋ ਗਏ ਜਿਸ ਤਰ੍ਹਾਂ ਕਿ ਗਰਾਊਂਡ, ਹੈ ਨਾ, ਮੁੰਡੇ ਉਹਨੂੰ ਹਟ ਗਏ ਸਾਰੇ, ਤਾਂ ਫਿਰ ਆਪਣੇ ਰਾਮਪੁਰਾ ਪਿੰਡ ਆ ਜੀ, ਰਾਮਪੁਰ ਜੀਤੇ ਜੀ, ਆਪਣਾ ਉਸਤਾਦ ਹਰਮਨ ਰਾਮਪੁਰੀਆ। ਅੱਛਾ, ਤੇ ਮੈਂ ਉਹਨਾਂ ਕੋਲ ਗਿਆ, ਮੈਂ ਉਹਨਾਂ ਨੂੰ ਜਾ ਕੇ ਕਿਹਾ ਕਿ ਵੀਰ ਜੀ ਮੈਨੂੰ ਵੀ ਖਿਡਾ ਲਿਆ ਕਰੋ, ਤੇ ਮੈਨੂੰ ਕਹਿੰਦੇ ਚੱਲ ਕੋਈ ਨਾ ਆ ਜਾ ਕਰ। ਮੈਂ ਉੱਥੇ ਜਾਣ ਲੱਗਾ ਬਾਈ, ਮੈਂ ਜੱਫਿਆਂ 'ਚ ਲੱਗਦਾ ਹੁੰਦਾ ਪਹਿਲਾਂ। ਅੱਛਾ, ਤੇ ਉਹਨਾਂ ਨੇ ਮੈਨੂੰ 1-2 ਮੈਚ ਖਿਡਾਏ, ਉਹਨਾਂ ਨੇ ਵੇਖਿਆ ਹਿਸਾਬ ਕਿਤਾਬ ਕੇ ਹਾਈਟ ਹੂਈਟ ਹੈਗੀ ਆ, ਬਾਹਾਂ ਬੂਹਾਂ ਲੰਮੀਆਂ, ਮੈਨੂੰ ਕਹਿੰਦੇ ਤੂੰ ਰੇਡਾਂ ਪਾਇਆ ਕਰ। ਅੱਛਾ, ਤੇ ਉਹਨਾਂ ਨੇ ਬਾਅਦ ਮੈਨੂੰ ਰੇਡਾਂ ਪਾਉਣ ਲਾ ਦਿੱਤਾ, ਜਿਸ ਤਰ੍ਹਾਂ ਮੈਨੂੰ ਡੇਲੀ ਦੱਸਣਾ ਇੱਦਾਂ ਉੱਦਾਂ, ਫਿਰ ਮੈਚ 'ਤੇ ਖੜਨ ਲੱਗ ਪਏ ਮੈਚ 'ਤੇ, ਜਦੋਂ ਮੈਚ ਉੱਤੇ ਹੋਣਾ। ਅੱਛਾ, ਫਿਰ ਕਿਤੇ ਰੇਡ ਪਵਾ ਦੇਣੀ, ਕਿਤੇ ਉੱਦਾਂ ਹੀ ਮੋੜ ਲਿਆਉਣਾ, ਹੈ ਨਾ, ਤੇ ਨਾਲ ਦੇ ਜਿਹੜੇ ਮੁੰਡੇ ਹੁੰਦੇ ਉਹਨਾਂ ਕਰਨਾ ਕਿ ਤੂੰ ਨਾਲ ਲਿਆਉਣਾ, ਇਸ ਤਰ੍ਹਾਂ ਉਸ ਤਰ੍ਹਾਂ ਉਹ ਜੇ ਬੋ। ਅੱਛਾ, ਤੇ ਚਲੋ ਕੰਮ ਚੱਲੀ ਗਿਆ। ਫਿਰ ਇੱਕ ਵਾਰੀ ਮੈਨੂੰ ਉਸਤਾਦ ਲੈ ਗਿਆ ਯੂਪੀ, ਉਦੋਂ ਮੈਂ ਰੇਡਾਂ ਪਾਉਣ ਲੱਗ ਪਿਆ ਸੀ ਜੀ। ਯੂਪੀ ਚਲੇ ਗਏ? ਹਾਂ, ਯੂਪੀ ਮੈਚ ਹੁੰਦੇ ਆ। ਅੱਛਾ, ਯੂਪੀ ਮੈਚ 'ਤੇ ਲੈ ਗਏ, ਅਤੇ ਚਲੋ ਅਸੀਂ ਉੱਥੇ 3 ਮੈਚ ਖੇਡੇ, ਅਤੇ ਸਾਰਾ ਕੁਝ ਪ੍ਰਾਈਜ਼ ਪ੍ਰੂਈ ਵਧੀਆ ਹੋ ਗਿਆ ਜੀ ਜੀ। ਅਤੇ ਜਦੋਂ ਅਸੀਂ ਆਏ ਇੱਥੇ ਅੰਮ੍ਰਿਤਸਰ ਉਤਰੇ, ਅਤੇ ਉਹਨਾਂ ਨੇ ਹਿਸਾਬ ਕਿਤਾਬ ਕੀਤਾ ਸਾਰਿਆਂ, ਅਤੇ ਉਹਨਾਂ ਸਾਰਿਆਂ ਦਾ ਹਿਸਾਬ ਕਿਤਾਬ ਕਰਕੇ, ਅਤੇ ਮੇਰੇ ਲਈ ਕੋਈ ਹਿੱਸਾ ਨਹੀਂ ਕੱਢਿਆ। ਅੱਛਾ, ਕੁਛ ਨਹੀਂ ਕੱਢਿਆ। ਅਤੇ ਉਸਤਾਦ ਨੇ ਆਖਿਆ ਕਿ ਉਹ ਵੀ ਖੇਡਿਆ ਨਾਲ, ਅਤੇ ਜਿਹੜੇ ਮੁੰਡੇ ਨੇ ਖੜਿਆ ਸੀ, ਅਤੇ ਉਹਨੇ ਆਖਿਆ ਮੈਂ ਥੋੜ੍ਹਾ ਤੈਨੂੰ ਕਿਹਾ ਸੀ ਲਿਆਉਣ ਨੂੰ, ਮੈਂ ਆਪੇ ਲਿਆਂਦਾ ਵੀ ਕਿਉਂ ਲਿਆਂਦਾ। ਹਾਂਜੀ, ਅਤੇ ਮੈਨੂੰ ਬਹੁਤ ਫੀਲ ਹੋਇਆ ਜੀ, ਅਸੀਂ ਇੱਥੇ ਆਪਣੇ ਬੱਸ ਸਟੈਂਡ 'ਤੇ ਬੈਠੇ ਅੰਮ੍ਰਿਤਸਰ, ਅਤੇ ਇੱਕ ਮੁੰਡਾ ਜਾਸਾ ਪ੍ਰਤਾਪਪੁਰ ਤੋਂ, ਇੱਕ ਆਪਣਾ ਉਸਤਾਦ, ਇਹਨਾਂ ਨੇ ਫਿਰ ਆਪਣੇ ਕੋਲੋਂ ਮੈਨੂੰ ਜਿਸ ਤਰ੍ਹਾਂ ਕਿ ਥੋੜ੍ਹੇ ਥੋੜ੍ਹੇ ਪੈਸੇ ਦਿੱਤੇ ਕਿ ਇਹਨੂੰ ਫੀਲ ਨਾ ਹੋਵੇ, ਆਪਣੇ ਪੈਸਿਆਂ 'ਚੋਂ ਆਪਣੇ ਪੈਸਿਆਂ 'ਚੋਂ ਇਹਨੂੰ ਪੈਸੇ ਦਿੱਤੇ, ਅਤੇ ਫਿਰ
ਅਰਸ਼ੀ ਚੋਲਾ ਸਾਹਿਬ ਗੋਪੀ ਫਰੰਦੀਪੁਰ ਅਮਰ ਤੌਲਖ ਚੱਕੀ ਰਮਦਾਸ ਸੱਤੂ ਖਡੂਰ ਸਾਹਿਬ ਸਾਡਾ ਇਹਨਾਂ ਨਾਲ ਮੈਚ ਕਾਲੀ ਗਰਾਊਂਡ ਬਾਈ ਰੇਲ ਪੈ ਗਈ ਮੱਠੀ ਮੱਠੀ ਮੈਂ ਪਾਈਆਂ ਕੋਡੀਆਂ 20 ਗੋਡੀਆਂ ਪਈਆਂ ਸ਼ਾਇਦ ਮੇਰੇ ਯਾਦ ਨਹੀਂ ਹੈ ਚੰਗੀ ਤਰ੍ਹਾਂ ਅਤੇ ਮੇਰੇ ਹੀ ਨੰਬਰ 18 ਅੱਛਾ 20 ਚੋਂ 18 ਹਾਂ ਅੰਬੇ ਸੁਰ ਸਿੰਘ ਗੱਲ ਨੇ ਪਾਈਆਂ ਮੇਰੇ ਹਿਸਾਬ ਨਾਲ 19 ਗੋਡੀਆਂ 18 ਨੰਬਰ ਇੱਦਾਂ ਹੀ ਕੁਝ ਜੀ ਜੀ ਅਤੇ ਉਹਨਾਂ ਬੈਸਟ ਕਰਤਾ ਅੰਬਾ ਨੰਬਰ ਸਾਡੇ ਬਰਾਬਰ 18 18 ਅਤੇ ਉਹਦੀ ਗੋਡੀਆਂ ਦਾ ਹੋਊ ਕੋਈ ਹਿਸਾਬ ਹੈ ਨਾ ਕਿ ਘੱਟ ਵੱਧ ਕਰਕੇ ਉਹਨਾਂ ਉਹਨੂੰ ਕੱਢਤਾ ਚਲੋ ਮੈਨੂੰ ਬਾਹਲਾ ਫੀਲ ਹੋਇਆ ਅਤੇ ਬਾਈ ਮੈਂ ਬਾਹਰ ਆਇਆ ਅਤੇ ਮੈਨੂੰ ਆਪਣੇ ਇਹ ਆਇਆ ਲਾਡ ਅਸਤਾ ਦਾ ਫੋਨ ਅੱਛਾ ਹਾਂ ਲਾਡ ਗੁਰਦਾਸਪੁਰੀ ਦਾ ਅਤੇ ਨਾਲੇ ਵਿੱਚ ਬਿੱਲਾ ਗੇਲੀ ਦਿੰਦੇ ਆ ਲਾਲਾ ਅਤੇ ਗੱਡੀ ਦੀ ਗੱਲ ਪਹਿਲਾਂ ਚੱਲਦੀ ਉਹਦੇ ਤੈਨੂੰ ਗੱਡੀ ਦੇਣੀ ਆ ਖੈਰ ਕੀ ਚੱਲੀ ਜਾ ਰਹੀ ਹਾਂਜੀ ਖੈਰ ਕੀ ਗੱਡੀ ਦੇਣੀ ਆ ਤੈਨੂੰ ਅਤੇ ਸਵਿਫਟ ਹੈਗੀ ਆ ਚੱਲ ਵੇਖ ਲੈਂਦੇ i20 ਦੇ ਦਿੰਦੇ ਜਾਂ ਹੋਰ ਦੇ ਦਿੰਦੇ ਹਾਂ ਚਲੋ ਗੱਲ ਚੱਲਦੀ ਅਤੇ ਮੈਨੂੰ ਬਾਹਲਾ ਫੀਲ ਹੋਇਆ ਮੈਂ ਨਾ ਮਾੜਾ ਜਿਹਾ ਕਿ ਮਨ ਭਰ ਜਿਹਾ ਆ ਜਦੋਂ ਬਾਹਰ ਫੋਨ ਤੇ ਮਨ ਭਰ ਜਿਹਾ ਮੈਂ ਕਿਹਾ 17 ਦਿਨੀਆਂ ਗੋਡੀਆਂ ਮੈਂ ਰੇਡਾਂ ਵੱਧ ਪਾ ਕੇ ਵੀ ਬੁਲਟ ਹਰ ਗਿਆ ਫਿਰ ਵੀ ਨਹੀਂ ਇੱਕ ਦੇ ਹੁੰਦਾ ਕਿ ਉੱਦਾਂ ਬੰਦਾ ਰੇਡ ਵੱਧ ਭਰ ਕੇ ਹਰ ਗਿਆ ਇੱਕ ਰੇਡ ਵੱਧ ਪਾ ਕੇ ਹਰ ਗਿਆ ਕਿ ਜੇ 20 ਜੇ ਮੇਰੇ 19 ਚ 18 ਹੁੰਦੇ ਫਿਰ ਜੁਆਇੰਟ ਹੋ ਜਾਣੇ ਬਿਲਕੁਲ ਬਿਲਕੁਲ ਅਤੇ ਇੱਕ ਰੇਡ ਵੱਧ ਭਰ ਕੇ ਹੀ ਹਰ ਗਿਆ ਅਤੇ ਮੈਨੂੰ ਕਹਿੰਦੇ ਚੱਲ ਤੂੰ ਟੈਨਸ਼ਨ ਨਾ ਲੈ ਇਤਰਾਂ ਉਤਰਾਂ ਅਤੇ ਆਹ ਆਪਾਂ ਨੂੰ ਕੱਪ ਹੀ ਉੱਥੇ ਮੈਨੂੰ ਕਹਿੰਦੇ ਉਸਤਾਦ ਦਾ ਕੱਪ ਲੈ ਜਾ ਤੂੰ ਅੱਛਾ ਇਹ ਕੱਪ ਉਦੋਂ ਸੀ ਹਾਂਜੀ ਹਾਂਜੀ ਮੈਨੂੰ ਕਹਿੰਦੇ ਆਹ ਕੱਪ ਲੈ ਜਾ ਤੂੰ ਅੱਛਾ ਕਿ ਟੀਮ ਦਾ ਕੱਪ ਹੀ ਭਾਈ ਹੋਣਾ ਘਰੇ ਖੜਨਾ ਮੈਨੂੰ ਕਹਿੰਦੇ ਤੂੰ ਲੈ ਜਾ ਚਲੋ ਮੈਂ ਕੱਪ ਲੈ ਆਇਆ ਅਤੇ ਅਗਲੇ ਦਿਨ ਮੈਨੂੰ ਫੋਨ ਆਇਆ ਅੱਛਾ ਮੈਨੂੰ ਕਹਿੰਦੇ ਸਕੋਰਪੀਓ ਗੱਡੀ ਬੁੱਕ ਕਰਾ ਲਾ ਤੈਨੂੰ ਸਨਮਾਨਿਤ ਕਰਨਾ ਭਾਈ ਮੈਨੂੰ ਬੜੀ ਖੁਸ਼ੀ ਅੱਛਾ ਬਹੁਤ ਖੁਸ਼ੀ ਹੋਈ ਫਿਰ ਉਹ ਚੱਕਰ 'ਚ ਆਪਾਂ ਨੇ ਸਕੋਰਪੀਓ ਗੱਡੀ ਦਿੱਤੀ ਹਾਂਜੀ ਵਿੱਲੇ ਕਿੱਲ ਦਿੰਦੇ ਵਾਲੀ ਦਾ ਆਪਾਂ ਧੰਨਵਾਦ ਕਰਦੇ ਹਾਂ ਦਿਲੋਂ ਅਤੇ ਨਾਲ ਲਾਡ ਉਸਤਾਦ ਦਾ ਗੁਰਦਾਸਪੁਰੀ ਦਾ ਇਹਨਾਂ ਨੇ ਆਪਾਂ ਨੂੰ ਦਿੱਤੀ ਸਕੋਰਪੀਓ ਗੱਡੀ ਅੱਛਾ ਤੁਸੀਂ ਅਕਸਰ ਹੀ ਗੱਲ ਕਰਦੇ ਹੁੰਦੇ ਹੋ ਵੀ ਬਾਪੂ ਹੁਣੀ ਕੌਡੀ ਦੇ ਵਾਲੇ ਖੁਸ਼ ਨਹੀਂ ਸੀ ਜਿਹਦੇ ਸਕਾਰਪੀਓ ਘਰੇ ਆ ਕੇ ਗੇਟਾਂ ਮੂਹਰੇ ਖੜਦੀ ਆ ਕੀ ਮਹਿਸੂਸ ਕੀਤਾ ਫਿਰ ਉਹਨਾਂ ਨੇ ਫਿਰ ਬਹੁਤ ਖੁਸ਼ੀ ਹੋਈ ਜੀ ਬਾਪੂ ਨੂੰ ਅੱਛਾ ਹਾਂਜੀ ਜੀ ਹੁਣ ਤਾਂ ਜਿਸ ਤਰ੍ਹਾਂ ਪੂਰੀ ਸਪੋਰਟ ਆ ਪਹਿਲਾਂ ਨਹੀਂ ਜੇ ਪਹਿਲਾਂ ਤਾਂ ਮੈਂ ਬੈਸਟ ਨਿਕਲ ਆਉਣਾ ਕਿਤੇ ਮੈਨੂੰ ਅੱਗੋਂ ਕਹਿਣਾ ਕਿ ਤੂੰ ਕਿੱਦਾਂ ਨਿਕਲ ਆਇਆ ਬਾਪੂ ਤਾਂ ਵੀ ਮਾੜਾ ਜਿਹਾ ਰੱਖਦਾ ਕਿ ਹਾਂ ਕਿਸੇ ਜੋਗਾ ਨੀ ਹਾਲੇ ਮੈਨੂੰ ਆਖਦੇ ਹੁੰਦੇ ਲੈ ਉਦਾਂ ਤੂੰ ਰਾੜੀ ਆ ਜਾਂ ਇਸ ਤਰ੍ਹਾਂ ਕਹਿ ਦੇਣਾ ਕਦੇ ਤੁਹਾਨੂੰ ਖੇਡਦਿਆਂ ਨੂੰ ਦੇਖਣ ਗਏ ਆ ਪਿੱਛੇ ਹੋਇਆ ਕਿਤੇ ਇਦਾਂ ਬਈ ਖੇਡਦਿਆਂ ਨੂੰ ਚੋਰੀ ਜਾਂਦੇ ਹੁੰਦੇ ਜੀ ਉਦਾਂ ਨੀ ਦੱਸ ਕੇ ਨੀ ਹਾਂ ਉਤਰਾ ਚੋਰੀ ਦੇਖ ਹੋਣਾ ਫਿਰ ਮੈਨੂੰ ਆਣ ਕੇ ਦੱਸਣਾ ਹੋਣੀ ਮੈਂ ਦੇਖ ਕੇ ਆਇਆ ਮੈਚ ਮੈਨੂੰ ਉੱਥੇ ਕਿਸੇ ਨੇ ਦੱਸਤਾ ਕਿ ਬਾਪੂ ਵੀ ਆਇਆ ਸੀ ਅੱਛਾ ਹਾਂ ਜਾਂ ਪਿੰਡ ਮੈਚ ਕਰਾਏ ਸੀ ਮੈਂ ਆਪ ਤਾਂ ਖੇਡਿਆ ਨਹੀਂ ਸੀ ਅੱਛਾ ਅਤੇ ਉੱਥੇ ਬਾਪੂ ਨੇ ਜਿਸ ਤਰ੍ਹਾਂ ਆਏ ਸੀ ਸਾਰੇ ਜਾਣੇ ਆਪਾਂ ਆਪ ਹੀ ਕਰਾਏ ਪਿੰਡ ਮੈਚ ਆਪਾਂ ਜਵਾਕ ਲਾਏ ਆ ਖੇਡਣ ਹੋਣਾ ਜੀ ਜੀ ਜਦੋਂ ਅਸੀਂ ਖੇਡਦੇ ਹਾਂ ਬਾਈ ਉਦੋਂ ਹੁੰਦੇ ਅਸੀਂ 3 ਜਣੇ ਤੁਸੀਂ ਜਦੋਂ ਹਾਂ ਜਦੋਂ ਅਸੀਂ ਪਹਿਲਾਂ ਜਦੋਂ ਇੱਥੇ ਜਾਂਦੇ ਹੁੰਦੇ ਅਸੀਂ ਉਦੋਂ ਤਾਂ ਇੱਥੇ 7-8 ਜਣੇ ਹੁੰਦੇ ਇਹ ਮੁੰਡੇ ਹਟ ਗਏ ਸਾਰੇ ਫਿਰ ਜਦੋਂ ਉੱਥੇ ਉਸਤਾਦ ਹੋਣਾ ਕੋ ਜਾਣ ਲੱਗੇ ਉਸਤਾਦ ਹੋਣੀ ਹੁੰਦੇ 3 ਜਣੇ ਅੱਛਾ ਚੌਥਾ ਮੈਂ ਗਿਆ ਅਤੇ ਉਹਨਾਂ 'ਚੋਂ ਵੀ ਮੁੰਡਾ ਇੱਕ ਹਟ ਗਿਆ ਅਤੇ ਅਸੀਂ ਕਦੀ ਮੈਂ ਰੇਡਾਂ ਪਾ ਲੈਣੀਆਂ ਜੀ ਹਾਂ ਹੁਣ ਬਾਈ ਆਪਾਂ ਜਵਾਕ ਵੀ ਲਾਏ ਆ ਖੇਡਣ ਕਾਫੀ ਅਤੇ ਉਹਨਾਂ ਨਾਲ ਕਾਫੀ ਰੌਣਕ ਲੈਂਦੀ ਆ ਗਰਾਊਂਡੇ ਬਾਕੀ ਆ ਜਾਓ ਆਪਾਂ ਉੱਤੇ ਕੱਪ ਕੁੱਪ ਆਪਾਂ ਬਣਾਇਆ ਬਹੁਤ ਵਧੀਆ ਫਰੇਮ ਆ ਜਦੋਂ ਚਲੋ ਜੀ ਅੱਛਾ ਬਾਈ ਇੱਥੋਂ ਤਾਂ ਤਕਰੀਬਨ ਮੈਨੂੰ ਲੱਗਦਾ ਤੁਹਾਡਾ ਸ਼ਹਿਰ ਆ ਗਿਆ ਇਧਰਲੇ ਪਾਸੇ ਸ਼ਹਿਰ ਜੀ ਆ ਗਿਆ ਜੀ ਆਪਣਾ ਪਿੰਡ ਸ਼ਹਿਰ ਜੀ ਆ ਗਿਆ ਨਾ ਦਰਬਾਰ ਸਾਹਿਬ ਇੱਥੋਂ ਕਿੰਨੀ ਦੂਰ ਆ 8 ਕਿਲੋਮੀਟਰ ਹੈ ਜੀ ਆਪਣਾ ਅੱਛਾ ਇੱਥੋਂ 8 ਕਿਲੋਮੀਟਰ ਦਰਬਾਰ ਸਾਹਿਬ ਉਹ ਮੇਨ ਰੋਡ ਜਾਂਦਾ ਮੈਨੂੰ ਮੇਨ ਰੋਡ ਨਾਲ ਹੀ ਆ ਜੀ ਹਾਂਜੀ ਸਾਹਮਣੇ ਹਾਂ ਬਿਲਕੁਲ ਨਾਲ ਹੀ ਤੁਹਾਡੇ ਪਿੰਡ ਦਾ ਨਾਂ ਦਬੁਰਜੀ ਆ ਬਾਈ ਕਿਵੇਂ ਕੀ ਇਤਿਹਾਸ ਆ ਜਾਂ ਨਾਂ ਕਿਵੇਂ ਆ ਕੁਛ ਪਿੰਡ ਦਾ ਨਾਂ ਦਬੁਰਜੀ ਨਹੀਂ ਆ ਦਬੁਰਜੀ ਆਪਾਂ ਹੀ ਕਰਤਾ ਵਾ ਨਾਂ ਦਾ ਦੋ ਬੁਰਜੀ ਆ ਅੱਛਾ ਦੋ ਬੁਰਜੀ ਆਪਣੇ ਦੋ ਬੁਰਜੀਆਂ ਹੁੰਦੀਆਂ ਜੀ ਆਪਣੇ ਨਾ ਇੱਥੇ ਜਿੱਥੇ ਹੁਣ ਤਾਂ ਪੁਲ ਬਣ ਗਿਆ ਵੱਡਾ ਰੋਡ ਹੋ ਗਿਆ ਅੱਛਾ ਅੱਛਾ ਪਹਿਲਾਂ ਸਿੰਗਲ ਰੋਡ ਹੁੰਦਾ ਸੀ ਸਿੰਗਲ ਰੋਡ ਤੇ ਆਪਣੇ ਇੱਕ ਸਾਈਡ ਤੇ ਉੱਥੇ ਦੋ ਬੁਰਜੀਆਂ ਹੁੰਦੀਆਂ ਸੀ ਅੱਛਾ ਜਿਹੜਾ ਆਪਾਂ ਬੁਰਜੀ ਕਹਿ ਦਿੰਦੇ ਆ ਦੋ ਬੁਰਜੀਆਂ ਸੀ ਉਹਦੇ ਕਰਕੇ ਨਾਂ ਪਿਆ ਪਿੰਡ ਦਾ ਦੋ ਬੁਰਜੀ ਅੱਛਾ ਹਾਂਜੀ ਹੁਣ ਤਾਂ ਤਕਰੀਬਨ ਸ਼ਹਿਰ ਵਾਂਗੂ ਹੀ ਬਣ ਚੱਲਿਆ ਹਾਂਜੀ ਸ਼ਹਿਰ ਹੀ ਬਣ ਚੱਲਿਆ ਜੀ ਆਂਦੇ ਬੱਸ ਸਟੈਂਡ ਆ ਜਿਹੜਾ ਅੰਮ੍ਰਿਤਸਰ ਵਾਲਾ ਉਹ ਆਪਣੇ ਪਿੰਡ ਤੋਂ ਵੀ ਥੋੜਾ ਹੋਰ ਬਾਹਰ ਨੂੰ ਚੱਲ ਚੱਲਿਆ ਅੱਛਾ ਹਾਂਜੀ ਇੱਧਰ ਜਲੰਧਰ ਵਾਲੇ ਨੂੰ ਜਿਵੇਂ ਗੋਲਡਨ ਗੇਟ ਇੱਥੇ ਨੇੜੇ ਆ ਗਿਆ ਹਾਂਜੀ ਗੋਲਡਨ ਗੇਟ ਦੀ ਆਪਣੇ ਪਿੰਡ ਦੇ ਵਿੱਚ ਹੀ ਪੈ ਗਿਆ ਵਿੱਚ ਹੀ ਪੈ ਗਿਆ ਹਾਂਜੀ 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 ਬਈ ਜਦੋਂ ਜਿਵੇਂ ਮਾਲਵੇ 'ਚ ਖੇਡਣ ਜਾਂਦੇ ਹੋ ਇੱਥੋਂ ਏਡੀ ਦੂਰੋਂ ਚੱਲਦੇ ਹੋ ਤੁਸੀਂ ਜ਼ਿਆਦਾਤਰ ਮਾਲਵੇ ਦੇ ਮੈਚਾਂ ਨੂੰ ਬਹੁਤ ਤਰਜੀਹ ਦਿੰਦੇ ਹਾਂ ਅਸੀਂ ਮਾਝੇ ਵਾਲੇ ਜਿੰਨੇ ਪਲੇਅਰਾਂ ਨਾਲ ਗੱਲ ਕੀਤੀ ਆ ਉਹ ਮਾਲਵੇ 'ਚ ਬਹੁਤ ਘੱਟ ਖੇਡ ਕੇ ਰਾਜੀ ਆ ਵੀ ਕੌਡੀਆਂ ਘੱਟ ਮਿਲਦੀਆਂ ਨੇ ਤੇ ਤੁਸੀਂ ਮੈਂ ਅਕਸਰ ਹੀ ਦੇਖਿਆ ਮਾਲਵੇ 'ਚ ਬਹੁਤ ਖੇਡਦੇ ਹੋ ਮੈਨੂੰ ਬਾਈ ਬੜਾ ਵਧੀਆ ਲੱਗਦਾ ਖੇਡਣਾ ਉੱਧਰ ਅੱਛਾ ਹਾਂਜੀ ਮੈਂ ਯਾਰ ਕਿ ਬਾਈ 2-3 ਮੇਲਿਆਂ ਦੇ ਬੈਸਟ ਨਿਕਲਿਆ ਇਕੱਲੇ ਨੇ ਜਿਸ ਤਰ੍ਹਾਂ ਇੱਕ ਮੇਲੇ 'ਚ ਪਾ ਦੀਆਂ ਮੈਂ 13 ਗੋਡੀਆਂ ਲਗਾਤਾਰ ਹੀ ਨਾ ਰੇਡਰ ਮੈਨੂੰ ਦੂਜਾ ਅੱਛਾ ਬਿੱਲੇ ਮੋਟਰਸਾਈਕਲ ਜਿੱਤਿਆ ਉੱਥੇ ਵੀ ਇਕੱਲੇ ਨੇ ਪਾਤੀਆਂ ਜੀ 11 ਗੋਡੀਆਂ
ਮਿਹਨਤ ਵੀ ਨੀ ਉਨੀ ਹੈਗੀ ਜਾਂ ਘੱਟ ਮਿਹਨਤ ਕਰਦੇ ਹੋ ਮੇਰੇ ਖਿਆਲ ਚ ਤੁਸੀਂ ਲਾੜ ਲਾੜ ਚ ਮਿਹਨਤ ਕਰ ਜਾਂਦੇ ਹੋ ਖੇਡਦੇ ਖੇਡਦੇ ਮਿਹਨਤ ਤਾਂ ਹੁੰਦੀ ਤੇ ਇੰਨੀਆਂ ਲਗਾਤਾਰ ਕੌਡੀਆਂ ਕਿਵੇਂ ਪਾ ਦਿੰਦੇ ਹੋ ਕਈ ਵਾਰੀ ਤਾਂ ਤੁਸੀਂ ਬਹੁਤ ਜਿਵੇਂ ਤੁਸੀਂ ਦੱਸਿਆ 13 ਕੌਡੀਆਂ ਲਗਾਤਾਰ ਕੌਡੀਆਂ ਪਾਈ ਜਾਂਦੇ ਹੋ ਨਹੀਂ ਪਲੇਅਰ ਆਮ ਆਪਾਂ ਦੇਖਦੇ ਹਾਂ ਵੀ ਪਾਣੀ ਪੀ ਕੇ ਸਾਈਡ ਤੇ ਹੋ ਜਾਂਦੇ ਆ ਵੀ ਯਾਰ ਹੁਣ ਅਗਲੇ ਦੀ ਕੌਡੀ ਆ ਇਹ ਤਾਂ ਬਾਈ ਪਰਮਾਤਮਾ ਕਰਕੇ ਹੀ ਆ ਜੀ ਪਰਮਾਤਮਾ ਦੀ ਦੇਣ ਹੀ ਆ ਸਾਰਾ ਕੁਝ ਗੋਡ ਗਿਫਟ ਹੀ ਲਾ ਲਓ ਇਸ ਤਰ੍ਹਾਂ ਆਪਣੇ ਇੱਥੇ ਮੱਖੀ ਕਲਾ ਮੈਚ ਸੀ ਆਪਣੇ ਮੱਖਣ ਦੇ ਭਾਂਦੇ ਪਿੰਡ ਉੱਥੇ ਮੈਂ ਪਈਆਂ 25 ਕੌਡੀਆਂ ਜੀ ਅੱਛਾ ਹਾਂਜੀ ਸ਼ੁਰੂ ਤੇ ਪਾਉਣ ਲੱਗ ਪਿਆ ਡਬਲ ਕੌਡੀ ਹਾਂਜੀ ਤੇ ਉੱਥੇ 25 ਕੌਡੀਆਂ ਇਹ ਮਹਾਰਾਜ ਦੀ ਦੇਣੀ ਆ ਜੀ ਰੱਬ ਦੇ ਨਹੀਂ ਤਾਂ ਕੀ ਹੁੰਦਾ ਬਹੁਤੇ ਪਲੇਅਰ ਆ ਜਿਹੜੇ ਕੋਈ ਟਿੱਬਾ ਚੜਦਾ ਕੋਈ ਟਾਇਰ ਖਿੱਚਦਾ ਹਨਾ ਗਰਾਊਂਡ 'ਚ ਭੱਜਦੇ ਆ ਮਿਹਨਤ ਕਰਦੇ ਆ ਟਿੱਬਾ ਬਾਈ ਕਿੱਥੇ ਚੜਨਾ ਆਪਣੇ ਤੇ ਪਿੰਡ ਦੀ ਗਰਾਊਂਡ ਵੀ ਨਹੀਂ ਹੈਗੀ ਅੱਛਾ ਆਪਣੇ ਪਿੰਡ ਦੀ ਗਰਾਊਂਡ ਨਹੀਂ ਹੈਗੀ ਆਪਾਂ ਤਾਂ ਲਾਗ ਲਏ ਜਿਸ ਤਰ੍ਹਾਂ ਆਪਣੇ ਉਸਤਾਦ ਦਾ ਪਿੰਡ ਆਰਾਮਪੁਰਾ ਤੁਹਾਨੂੰ ਅੱਗੇ ਵੀ ਦੱਸਿਆ ਉੱਥੇ ਮਿਹਨਤ ਕਰਦੇ ਸੀ ਉਹ ਵੀ ਹੁਣ ਗਰਾਊਂਡ ਸਾਡੇ ਕੋਲ ਚਲੋ ਗਰਾਊਂਡ ਹੈਗੀ ਨਹੀਂ ਸੀ ਉਹ ਵੀ ਕਲੋਨੀ ਦੀ ਗਰਾਊਂਡ ਸੀ ਉਹਨਾਂ ਖਾਲੀ ਛੱਡੀ ਹੋਈ ਸੀ ਉਹੀ ਬਾਈ ਹੋਈ ਉੱਥੇ ਮਿਹਨਤ ਕਰਦੇ ਸੀ ਤੇ ਉਹ ਹੁਣ ਉਹਨਾਂ ਕੰਮ ਸ਼ੁਰੂ ਕਰਤਾ ਉਹ ਮੈਂ ਜਿੱਦਣ ਆਇਆ ਭਾਜੀ ਹੁਣ ਬਾਹਰੋਂ ਤੇ ਮੈਂ ਗਿਆ ਗਰਾਊਂਡੇ ਮੱਥਾ ਟੇਕਣ ਤੇ ਉੱਥੇ ਇੰਨਾ ਇੰਨਾ ਘਾਹ ਹੋਇਆ ਗਰਾਊਂਡੇ ਤੇ ਮੈਂ ਚੱਲ ਮੁੰਡੇ ਨੂੰ ਕਰਿਆ ਫੋਨ ਮੈਂ ਕਿਹਾ ਯਾਰ ਗਰਾਊਂਡ ਤੇ ਵਾਲੀਏ ਹਨਾ ਜੀ ਜੀ ਤੇ ਉਹਨਾਂ ਨੇ ਮਨਾ ਕਰਤਾ ਬੋਲ ਨਹੀਂ ਦਿੱਤੀ ਕਹਿੰਦੇ ਸਾਡਾ ਕੰਮ ਚੱਲ ਪਿਆ ਹੁਣ ਤੇ ਹੁਣ ਆਪਣਾ ਪ੍ਰਬੰਧ ਹੋਰ ਕਿਤੇ ਕਰ ਲਓ ਬਾਈ ਬਾਹਲਾ ਫੀਲ ਹੋਇਆ 8 ਸਾਲ ਮਿਹਨਤ ਕੀਤੀ ਨੌ ਉੱਥੋਂ ਤੱਕ ਪਹੁੰਚੇ ਤੇ ਅਗਲਿਆਂ ਹਨਾ ਚਲੋ ਅਗਲਿਆਂ ਦੀ ਤੇ ਜਗ੍ਹਾ ਸੀ ਉਹਨਾਂ ਦੇ ਰੋਕਣਾ ਸੀ ਬਿਲਕੁਲ ਹਾਂ ਹੁਣ ਰੋਕ ਲਿਆ ਨਾ ਰੋਕਦੇ ਥੋੜੇ ਚਿਰ ਨੂੰ ਰੋਕ ਲੈਣਾ ਸੀ ਹਾਂਜੀ ਬਿਲਕੁਲ ਬਈ ਜਿਵੇਂ ਹੁਣ ਤੁਸੀਂ ਕੈਨੇਡਾ ਤੋਂ ਆਏ ਹੋ ਤੁਹਾਡੇ ਥੋੜੀ ਇੰਜਰੀ ਆਈ ਆ ਜਿਹਦੇ ਕਰਕੇ ਤੁਸੀਂ ਮੁੜੇ ਹੋ ਹਨਾ ਹਾਂਜੀ ਤੇ ਅੱਗੇ ਪਰਮਾਤਮਾ ਮਿਹਰ ਕਰੇ ਆਸਟ੍ਰੇਲੀਆ ਚੱਲੇ ਹੋ ਤੁਸੀਂ ਹਾਂਜੀ ਹਾਂਜੀ ਜਿਵੇਂ ਹੁਣ ਤੁਸੀਂ ਇਹਨਾਂ ਦੇਸ਼ਾਂ 'ਚ ਖੇਡਣ ਜਾਂਦੇ ਹੋ ਹੁਣ ਤੁਹਾਡਾ ਤੁਸੀਂ ਮੰਗਦੇ ਹੋ ਮੁੱਲ ਵੀ ਮੇਰੀ ਆਹ ਮਿਹਨਤ ਆ ਗਈ ਜਾਂ ਕਲੱਬ ਨਾਲ ਪਹਿਲਾਂ ਤੈਅ ਹੁੰਦੀ ਹੈ ਗੱਲ ਜਾਂਦੇ ਹੀ ਹੋ ਬਸ ਜਾਈਦਾ ਹੀ ਆ ਬਾਈ ਜਿਸ ਤਰ੍ਹਾਂ ਕਿ ਗੱਲ ਕਰ ਲਈਦੀ ਆ ਬਾਕੀ ਗੱਲ ਬਾਈ ਆਪ ਵੀ ਨਹੀਂ ਕਿ ਹੁਣ ਅਗਲੇ ਨੂੰ ਪਤਾ ਹੀ ਆ ਪਲੇਅਰ ਦਾ ਕੀ ਹਿਸਾਬ ਕਿਤਾਬ ਆ ਕਿੰਨੇ ਕੁ ਜੋਗਾ ਵਾ ਉਹ ਹਿਸਾਬ ਨਾਲ ਕਰ ਦਿੰਦੇ ਆ ਬਾਕੀ ਕਈ ਪ੍ਰਮੋਟਰ ਵਧੀਆ ਵੀ ਆ ਕਈ ਵਿੱਚ ਤੁਹਾਨੂੰ ਪਤਾ ਹਨਾ ਮਾੜੇ ਵੀ ਹੁੰਦੇ ਆ ਹਾਂ ਤੇ ਬਾਕੀ ਚਲੋ ਚੱਲੀ ਜਾਂਦਾ ਸਿਸਟਮ ਹੁੰਦਾ ਇਦਾਂ ਜਿਵੇਂ ਤੁਸੀਂ ਅੱਗੇ ਵੀ ਕਈ ਵਾਰੀ ਅਕਸਰ ਹੀ ਦਿਲ ਦਾ ਦਰਦ ਦੱਸ ਦਿੰਦੇ ਹੋ ਵੀ ਯਾਰ ਪ੍ਰਮੋਟਰਾਂ 'ਚ ਵੀ ਬੰਦੇ ਬੇਸ਼ੱਕ ਪ੍ਰਮੋਟਰ ਦਾ ਮਤਲਬ ਹੁੰਦਾ ਕਬੱਡੀ ਨੂੰ ਪ੍ਰਮੋਟ ਕਰਨਾ ਉਹ ਤੋਂ ਆਸ ਵੱਡੀ ਰੱਖੀ ਜਾਂਦੀ ਆ ਕੋਚ ਵਾਂਗ ਹੀ ਪ੍ਰਮੋਟਰ ਹੁੰਦਾ ਬਈ ਕਈ ਪ੍ਰਮੋਟਰ ਜ਼ਿਆਦਾ ਨਿੱਜੀ ਸੋਚ ਜਾਂਦੇ ਆ ਪਲੇਅਰਾਂ ਦਾ ਨਹੀਂ ਉਨਾ ਪਿਆਰ ਕਰਦੇ ਕਈ ਬਾਈ ਟਾਵੇਂ ਹੀ ਆ ਜੀ ਜਿਸ ਤਰ੍ਹਾਂ ਜ਼ਿਆਦਾ ਤਾਂ ਪਲੇਅਰ ਦਾ ਪਿਆਰ ਹੀ ਕਰਦੇ ਆ ਹੁਣ ਕਈ ਵਿੱਚ ਮਾੜੇ ਬੰਦੇ ਵੀ ਹੁੰਦੇ ਤੁਹਾਨੂੰ ਪਤਾ ਵਾ ਹਾਂ ਤੇ ਉਹ ਕਰ ਦਿੰਦੇ ਆ ਜੀ ਮਾੜਾ ਮੋਟਾ ਬਾਕੀ ਚੱਲੀ ਜਾਣਾ ਜੀ ਸਿਸਟਮ ਇਹ ਸ਼ੁਰੂ ਤੋਂ ਚੱਲਦਾ ਆਇਆ ਇਹ ਦਸਤੂਰ ਆ ਜੀ ਜਿੰਨਾ ਚਿਰ ਉਂਗਲ ਖੜੀ ਆ ਉਨਾ ਚਿਰ ਸਾਰੇ ਆ ਜਦੋਂ ਆਪਾਂ ਮਾੜਾ ਜਿਹਾ ਡਾਊਨ ਹੋ ਗਏ ਉਦੋਂ ਤੁਹਾਨੂੰ ਪਤਾ ਹੀ ਆ ਸਾਰੇ ਫੋਨ ਕਰਨੋਂ ਵੀ ਹਟ ਜਾਂਦੇ ਅੱਛਾ ਹਾਂਜੀ ਆ ਹੁਣ ਜਿੱਦੇ ਦੀ ਇੰਜਰੀ ਹੋਈ ਆ ਤੁਹਾਡਾ ਪਿੱਛੋਂ ਪਤਾ ਲਿਆ ਪ੍ਰਮੋਟਰਾਂ ਨੇ ਜਾਂ ਪੁੱਛਿਆ ਦੱਸਿਆ ਕਲੱਬ ਵਾਲਿਆਂ ਹਾਂਜੀ ਬਾਈ ਆਪਣੇ ਲਾਲੀ ਢੇਸੀ ਭਾਜੀ ਆ ਗੋਖਾ ਅਠਵਾਲ ਹਾਂ ਇਹਨਾਂ ਦਾ ਆਪਾਂ ਨੂੰ ਆਇਆ ਫੋਨ ਦੋ ਤਿੰਨ ਤਰੀਕੇ ਇਹਨਾਂ ਕੋਲੇ ਆਪਾਂ ਰਹੇ ਸੀ ਅੱਛਾ ਤੇ ਵੈਨਕੂਵਰ ਲਾਲੀ ਭਾਜੀ ਹੋਣਾ ਕੋਲ ਰਹਿਣਾ ਰਿਹਾ ਜੀ ਜੀ ਤੇ ਆਪਣੇ ਇੱਧਰ ਟੋਰਾਂਟੋ ਗੋਖੇ ਭਾਜੀ ਹੋਣਾ ਕੋ ਇਹਨਾਂ ਨੇ ਆਪਣਾ ਜਿਸ ਤਰ੍ਹਾਂ ਕਿ ਕਰਦੇ ਆ ਫੋਨਾਂ ਨੂੰ ਵੀ ਬਹੁਤ ਕਰਦੇ ਆ ਤੇ ਕੋਈ ਚੱਕਰ ਨਹੀਂ ਆ ਕਿਸੇ ਚੀਜ਼ ਦੀ ਲੋੜ ਹੋਈ ਤੂੰ ਦੱਸੀ ਬਾਕੀ ਉੱਥੇ ਟ੍ਰੀਟਮੈਂਟ ਨਹੀਂ ਹੈਗਾ ਜੀ ਬਾਈ ਉੱਥੇ ਅਪੋਇੰਟਮੈਂਟ ਲੈਣੀ ਪੈਂਦੀ ਆ ਉਹਦੇ ਕਰਕੇ ਫਿਰ ਅਸੀਂ 15 ਕੁ ਦਿਨ ਖੱਜਲ ਹੋਏ ਮੈਂ ਤੇ ਰਵੀ ਸੀ ਮੇਰੇ ਨਾਲ ਦਿਓਰਾ ਰਵੀ ਅੱਛਾ ਰਵੀ ਦਿਓਰਾ ਭਾਜੀ ਤੇ ਅਸੀਂ ਦੋਵਾਂ ਜਾਣੇ ਆ ਜਿਸ ਤਰ੍ਹਾਂ ਲਾਇਆ ਹਿਸਾਬ ਕਿਤਾਬ ਫਿਰ ਮੈਂ ਉਹਨੂੰ ਕਿਹਾ ਕਿ ਟ੍ਰੀਟਮੈਂਟ ਨਹੀਂ ਇੱਥੇ ਔਖਾ ਲੇਟ ਹਾਂਜੀ ਲੇਟ ਆ ਫਿਰ ਅਸੀਂ 15 ਕੁ ਦਿਨ ਉੱਥੇ ਵੇਟ ਕਰਕੇ ਤੇ ਫਿਰ ਅਸੀਂ ਆ ਗਏ ਦੋਵੇਂ ਸਾਲਾਂ ਬਾਅਦ ਮੌਕਾ ਮਿਲਿਆ ਜੇ ਮੌਕਾ ਮਿਲਿਆ ਮਿਲਿਆ ਤੇ ਸੱਟ ਲੱਗ ਗਈ ਬਾਲਾ ਫੀਲ ਹੋਇਆ ਬਾਈ ਹਾਂਜੀ ਇੱਥੇ ਤਾਂ ਬਾਪੂ ਹੁਣਾਂ ਨਾਲ ਵੀ ਫੋਟੋ ਲਈ ਆ ਬਾਈ ਹਾਂਜੀ ਜੀ ਇਹ ਸਨਮਾਨਿਤ ਕੀਤਾ ਇਹ ਮੁੰਡਾ ਵੇਰਕੇ ਤੋਂ ਆਪਣਾ ਭਰਾ ਅੱਛਾ ਹਾਂਜੀ ਉਹਨੇ ਕੀਤਾ ਸਨਮਾਨਿਤ ਟਰਾਫੀਆਂ ਟਰੂਫੀਆਂ ਕਾਫੀ ਜਿਵੇਂ ਪਲੇਅਰਾਂ ਨੂੰ ਇਹ ਬੜਾ ਹੁੰਦਾ ਹਨਾ ਵੀ ਬਣਾ ਕੇ ਰੱਖੀ ਇੱਕ ਸ਼ੋਕੇਸ਼ ਜਿਹਦੇ ਚ ਸਾਰੇ ਥੱਲੇ ਬਣਾਉਣਾ ਸੀ ਜੀ ਜਿਹੜੇ ਬਾਪੂ ਕਹਿੰਦਾ ਕਿ ਆਪਾਂ ਡਰਾਇੰਗ ਰੂਮ ਚ ਬਾਰ ਬਣਾਉਣਾ ਉਹ ਬਾਰ ਟਾਈਪ ਜਿਹਾ ਥੋੜਾ ਜਿਹਾ ਬਣਾਇਆ ਹੋਇਆ ਬਾਈ ਕਈ ਵਾਰ ਦੇਖਿਆ ਵੀ ਭਾਵੇਂ ਤੁਸੀਂ ਮੈਚ ਜਿੱਤ ਕੇ ਗਰਾਊਂਡ ਚੋਂ ਬਾਹਰ ਆਉਂਦੇ ਹੋਵੋ ਜਾਂ ਆਉਂਦੇ ਹੋਵੋ ਹਾਰ ਕੇ ਚਿਹਰੇ ਤੇ ਖੁਸ਼ੀ ਉਨੀ ਹੁੰਦੀ ਆ ਤੁਹਾਡੇ ਹਨਾ ਖੁਸ਼ੀ ਹਾਸਾ ਉਹੀ ਰਹਿੰਦਾ ਦੀਪ ਦੇ ਕਈ ਸੋਚਿਆ ਨਹੀਂ ਬਾਈ ਜਿੱਤ ਹਾਰ ਤਾਂ ਪਰਮਾਤਮਾ ਦੀ ਆ ਜੀ ਹਨਾ ਜੇ ਆਪਾਂ ਜਿੱਤਦੇ ਹਾਂ ਆਪਾਂ ਨੂੰ ਹਾਰ ਵੀ ਮਨਜ਼ੂਰ ਕਰਨੀ ਪੈਣੀ ਕਈਆਂ ਬੰਦਿਆਂ ਨੂੰ ਹੁੰਦਾ ਕਿ ਜਿੱਤਣਾ ਹੀ ਹੁੰਦਾ ਜਿੱਤ 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 ਪਰ ਆਪਾਂ ਨੂੰ ਕੋਈ ਨਹੀਂ ਜੀ ਆਪਾਂ ਬਸ ਕੇ ਗੇਮ ਦਿਖਾਉਣੀ ਆ ਦਰਸ਼ਕਾਂ ਨੂੰ ਹਾਂਜੀ
ਕਦੇ ਹੋਇਆ ਵੀ ਐਂ ਤੁਸੀਂ ਬਹੁਤ ਦੂਰ ਖੇਡਣ ਗਏ ਹੋਵੋ ਅਤੇ ਬੜੀ ਆਸ ਲਾ ਕੇ ਗਏ ਹੋਵੋ ਜਾਂ ਜਿੱਥੇ ਬੈਸਟ ਹੋਏ ਹੋਣ ਜਾਂ ਕਿਸੇ ਟੀਮ ਨੇ ਇੰਨੀ ਆਸ ਨਾ ਸੱਦਿਆ ਹੋਵੇ ਵੀ ਦੀਪ ਆਇਆ ਸਾਡੀ ਟੀਮ 'ਚ ਅੱਜ ਅਤੇ ਉੱਥੇ ਪ੍ਰਦਰਸ਼ਨ ਮਾੜਾ ਰਹਿ ਗਿਆ ਹੋਵੇ ਕਿਤੇ ਨਿਰਾਸ਼ਾ ਹੋਈ ਹੋਵੇ ਵੀ ਯਾਰ ਮੈਂ ਮੇਰੇ ਕਰਕੇ ਟੀਮ ਹਾਰ ਗਈ ਜਾਂ ਮੈਂ ਸਹੀ ਨਹੀਂ ਖੇਡਿਆ ਪ੍ਰਦਰਸ਼ਨ ਮਾੜਾ ਨਹੀਂ ਐਰਕੀ ਸੀਜ਼ਨ ਦੀ ਬਾਈ ਗੱਲ ਆ ਸਨੇਟੇ ਮੈਚ ਸੀ ਅੱਛਾ ਜੀ ਅਤੇ ਵੈਸਟਰਨ ਟਰੈਕਟਰ ਸੀ ਬੜੀ ਬਾਈ ਮੇਰੇ ਦਿਲ 'ਚ ਕਿ ਮੈਂ ਨਾ ਨਿਕਲਿਆ ਬਾਈ ਬਾਈਆਂ ਦਿਨਾਂ 18 ਦਿਨ ਲਗਾਤਾਰ ਬੈਸਟ ਐਰਕੀ ਲਗਾਤਾਰ 18 ਦਿਨ ਬੈਸਟ ਕੀ ਬਾਤ ਹੈ ਤੇ ਮੈਨੂੰ ਬੜੀ ਖੁਸ਼ੀ ਬਾਈ ਤੇ ਮੈਂ ਕਿਹਾ ਜ਼ੋਰ ਮਾਰਨਾ ਟਰੈਕਟਰ ਜਿਤਨਾ ਜਿਤਨਾ ਵੀ ਇਹ ਵੀ ਦਿਨ ਵਿੱਚ ਹੀ ਜੋੜ ਦੇ ਹਾਂ ਜਿਤਨਾ ਜਿਤਨਾ ਟਰੈਕਟਰ ਜੋ ਮਰਜ਼ੀ ਹੋ ਜੇ ਕਿ ਉਹ ਗੱਲ ਕਹਿੰਦੇ ਜੋ ਸੋਚਿਆ ਹੋਵੇ ਉਹ ਨਹੀਂ ਹੁੰਦਾ ਤੇ ਉੱਥੇ ਗਏ ਬਾਈ ਅਸੀਂ ਚੱਲ ਪਹਿਲਾਂ ਮੈਚ ਐਡਾ ਸੋਹਣਾ ਲੱਗਾ ਦੂਜਾ ਮੇਰਾ ਸਾਡਾ ਮੈਚ ਆਇਆ ਧਨੋਰੀ ਨਾਲ ਹਨਾ ਬਾਈ ਮੈਂ ਗੋਡੀਆਂ ਪਈਆਂ ਕਾਫੀ ਉੱਚ ਇਕੱਲੇ ਨੇ ਮੇਰੇ ਨਾਲ ਬੰਨੀ ਸਮਾਣੇ ਵਾਲਾ ਸੀ ਉਹਨੇ 3-4 ਗੋਡੀਆਂ ਹੀ ਪਈਆਂ ਤੇ ਉਹ ਚ ਮੈਂ ਗੋਡੀਆਂ ਪਈਆਂ ਮੇਰਾ ਜ਼ੋਰ ਹੋ ਗਿਆ ਉਹ ਮੈਚ ਹੀ ਜ਼ਿਆਦਾ ਅੱਛਾ ਡੇਲੀ ਖੇਡ ਖੇਡ ਕੇ ਇੱਕ ਉੱਦਾਂ ਜ਼ੋਰ ਸੀ ਇੱਕ ਉਹ ਮੈਚ ਹੋ ਗਿਆ ਜ਼ੋਰ ਜ਼ਿਆਦਾ ਬਿਲਕੁਲ ਸਾਡਾ ਫਿਰ ਫਾਈਨਲ ਮੈਚ ਆਇਆ ਬਾਹੂ ਅਕਬਰਪੁਰ ਨਾਲ ਸ਼ੀਲੂ ਹੋਣਾ ਨਾਲ ਸ਼ੀਲੂ ਹੋਣਾ ਨਾਲ ਹਾਂ ਸ਼ੀਲੂ ਹੋਣਾ ਨਾਲ ਮੈਚ ਆਇਆ ਤੇ ਗੋਡੀਆਂ ਮੈਂ ਪਈਆਂ ਬਾਈ 9 ਤੇ ਮੇਰੇ ਤੇ 4 ਜੱਫੇ ਅੱਛਾ 9-10 ਪਈਆਂ 4-5 ਜੱਫੇ ਤੇ ਮੇਰੇ 5 ਨੰਬਰ ਉਧਰੋਂ ਰਿਸ਼ੀ ਨੇ ਪਈਆਂ 7 ਗੋਡੀਆਂ 6 ਨੰਬਰ ਅੱਛਾ ਟਰੈਕਟਰ ਹਾਰ ਗਏ ਬਾਈ ਕੀ ਬਾਤ ਇੰਨਾ ਦੁੱਖ ਲੱਗਾ ਸਾਧ ਮੈਨੂੰ ਪਤਾ ਮੈਂ ਕਿੱਦਾਂ ਘਰੇ ਆਇਆ ਉਦਣ ਹਾਂ ਬੜਾ ਦੁੱਖ ਦੋ ਨਾ ਖੇਡਣ ਨੂੰ ਨਾ ਦਿਲ ਕਰੇ ਬਾਅਦ ਕਿ ਯਾਰ ਹਨਾ ਫਿਰ ਮੈਂ ਸੋਚਿਆ ਕਿ ਬੜੇ ਜਾਣੇ ਸਮਝਾਇਆ ਕਿ ਜੋ ਸੋਚੀ ਦਾ ਉਹ ਨਹੀਂ ਹੁੰਦਾ ਪਰਮਾਤਮਾ ਫਿਰ ਦੇ ਦੇ ਫਿਰ ਬਾਈ ਰੂਮੀ ਆ ਗਿਆ ਟੂਰਨਾਮੈਂਟ ਹਾਂ ਰੂਮੀ ਵੀ ਆਪਣੀ ਟੀਮ ਮੈਂ ਬਾਹੂ ਅਕਬਰਪੁਰ ਚ ਖੇਡਦਾ ਮੇਰੇ ਨਾਲ ਰੇਡਰ ਸੁਲਤਾਨ ਸੀ ਤੇ ਜਾਪੀ ਮਣੀ ਮੱਲੀਆਂ ਤੇ ਸ਼ੀਲੂ ਸੀ ਤੇ ਉੱਥੇ ਅਸੀਂ ਸੈਮੀ ਫਾਈਨਲ ਮੈਚ ਹਾਰ ਗਏ ਖੜਕੇ ਜਟਾਨ ਨੂੰ ਬਿਨੇ ਖੱਤਰੀ ਨੇ ਬਣਾਈ ਟੀਮ ਹਾਂਜੀ ਕਿ ਉਹ ਚ ਅਮਰਤ ਸੀ ਤੇ ਅਮਰਤ ਔਲਖ ਜੱਗਾ ਚਿੱਟੀ ਨਹੀਂ ਅਮਰਤ ਔਲਖ ਬੱਬੂ ਪਿੰਡਰ ਤੇ ਰੇਡਰ ਭੂਰੀ ਛੰਨਾ ਤੇ ਆਪਣਾ ਬਿਨੇ ਅਸੀਂ ਇਹਨਾਂ ਤੋਂ ਮੈਚ ਹਾਰ ਗਏ ਬਾਈ ਫਿਰ ਟਰੈਕਟਰ ਵਾਲਾ ਸੁਪਨਾ ਮੈਨੂੰ ਮੈਂ ਪਹਿਲਾਂ ਵੀ ਕਿਹਾ ਸੀ ਬਾਈ ਕਿ ਹੁਣ ਵੀ ਇਹਨਾਂ ਟਰੈਕਟਰ ਵਾਲਾ ਸੁਪਨਾ ਪੂਰਾ ਕਰਨਾ ਟਰੈਕਟਰ ਦੀ ਵਾਲੀ ਰੀਝ ਹਾਂਜੀ ਕਿ ਉਹ ਐਰਕੀ 2 ਮਹੀਨਿਆਂ ਤੇ ਰਹਿ ਗਿਆ ਜੀ ਬਾਕੀ ਪਲੇਅਰ ਕਈ ਕਰਦੇ ਆ ਇਸ ਤਰ੍ਹਾਂ ਉਸ ਤਰ੍ਹਾਂ ਪਰ ਆਪਾਂ ਨੂੰ ਕੋਈ ਨੀ ਜੀ ਬਾਕੀ ਇਨਸਾਨੀਅਤ ਤੌਰ ਤੇ ਬੰਦਾ ਬਹੁਤ ਘੈਂਟ ਆ ਜੀ ਹਾਂ ਆਪਣੇ ਨਾਲ ਬਹੁਤ ਪਿਆਰ ਆਦਾ ਬਹੁਤ ਜ਼ਿਆਦਾ ਤੇ ਬਾਕੀ ਮੈਚ ਚ ਆਪਣਾ ਅੱਗੇ ਫੁੱਲ ਜਿਸ ਤਰ੍ਹਾਂ ਉਹ ਵੀ ਆਪਣਾ ਜ਼ੋਰ ਮਾਰਦਾ ਆਪਾਂ ਵੀ ਮਰੀਦਾ ਚਪੇੜ ਜੜਤੀ ਸੀਗੀ ਥੱਪੜ ਮਾਰਤਾ ਸੀਗਾ ਤੁਸੀਂ ਡਰ ਗਏ ਸੀਗੇ ਵੀ ਯਾਰ ਬੜਾ ਪੰਗਾ ਕੌਡੀ ਚ ਹਨਾ ਤੇ ਸੁਖਮਨ ਨੇ ਤੁਹਾਨੂੰ ਸਮਝਾਇਆ ਸੀ ਵੀ ਨਹੀਂ ਮਿੱਤਰਾ ਕੈੜਾ ਹੋ ਕੇ ਖੇਡਿਆ ਕਰ ਹਾਂਜੀ ਬਾਈ ਕਹਾਣੀ ਕਿਵੇਂ ਸੀ ਦੱਸੋ ਥੋੜਾ ਮੈਂ ਨਵਾਂ ਆਇਆ ਬਾਈ ਤੇ ਚੋਲਾ ਸਾਹਿਬ ਹੀ ਸ਼ੋਅ ਮੈਂ ਜੀ ਅੱਛਾ ਚੋਲਾ ਸਾਹਿਬ ਤਾਂ ਮੈਂ ਨਾ 2 ਸਾਲ ਖੇਡਿਆ ਚੋਲਾ ਸਾਹਿਬ ਦੀ ਟੀਮ ਲਈ ਬਾਈ ਸੁਖਮਨ ਉਸਤਾਦ ਦੇ ਨਾਲ ਹੀ ਰਿਹਾ ਮੈਂ ਜੀ ਤੇ ਚੋਲਾ ਸਾਹਿਬ ਮੈਚ ਤੇ ਬਾਜੂ ਬੁਲਵਾਣਾ ਬੈਂਕਿਆਂ ਵਾਲਾ ਹਾਂ ਸੁਣਿਆ ਹੋਣਾ ਤੁਸੀਂ ਜੀ 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 ਉਹਨਾਂ ਨੇ ਮੈਚ ਚੱਲਦੇ ਚੱਲਦੇ ਜੀ ਮੇਰੇ ਥੱਪੜ ਮਾਰਿਆ ਤੇ ਮਗਰ ਲੈਣ ਸੀ ਮੈਂ ਡਰਦਾ ਹੀ ਬਾਹਰ ਹੋ ਗਿਆ ਅੱਛਾ ਹਾਂ ਬਾਹਰ ਆ ਕੇ ਮੈਨੂੰ ਭਲਵਾਨ ਨੇ ਬਹੁਤ ਗਾਲਾਂ ਕੱਢੀਆਂ ਬਹੁਤ ਜ਼ਿਆਦੀਆਂ ਗਾਲਾਂ ਕੱਢੀਆਂ ਫਿਰ ਮੈਨੂੰ ਉਹਨਾਂ ਆਖਿਆ ਕਿ ਅੱਜ ਤੋਂ ਬਾਅਦ ਜੱਫੇ ਖਾਣੇ ਭਾਵੇਂ ਸਾਰੇ ਹੀ ਖਾ ਜਾ ਪਰ ਕਿਸੇ ਕੋਲ ਡਰ ਕੇ ਨਹੀਂ ਖਾਣਾ ਅੱਛਾ ਜੇ ਉਹ ਮਾਰਦਾ ਅੱਗੋਂ ਸਾਵੀਂ ਮਾਰ ਕਿ ਕੋਈ ਵੀ ਮਾਰਦਾ ਅੱਗੋਂ ਉਹਦੇ ਸਾਵੀਂ ਮਾਰ ਕੇ ਹਨਾ ਕਿ ਇਹ ਨਹੀਂ ਕਿ ਡਰ ਕੇ ਮਗਰ ਹੋ ਜਾਣਾ ਬਰਾਬਰ ਜਵਾਬ ਹਾਂ ਹੁਣ ਆਪਣੇ ਢੇਰੀ ਵਾਲੀ ਕਬੱਡੀ ਬਾਜੂ ਭਾਣ ਹੋਣੀ ਪਹਿਲਾਂ ਹੀ ਕੰਮ ਥੱਪੜਾਂ ਵਾਲਾ ਸੀ ਹਾਂ ਉਹਨਾਂ ਨੇ ਮੇਰੇ ਮਾਰੀਆਂ 2-4 ਮੈਂ ਡਰਦਾ ਹੀ ਬਾਹਰ ਹੋ ਗਿਆ ਤੇ ਫਿਰ ਭਲਵਾਨ ਨੇ ਮੈਨੂੰ ਦੱਸਿਆ ਫਿਰ ਉਸ ਤੋਂ ਬਾਅਦ ਜੀ ਆਪਣੇ ਕੋਈ ਵੀ ਮਾਰੇ ਤੇ ਆਪਾਂ ਵੀ ਅੱਗੋਂ ਸਾਵੀਂ ਮਾਰੀ ਦੀ ਆ ਹਾਂ ਕੋਈ ਚੱਕਰ ਨਹੀਂ ਅੱਛਾ ਬਾਈ ਜਿਵੇਂ ਸੁਖਮਨ ਹੋਣਾ ਨਾਲ ਤੁਹਾਡਾ ਸਮਾਂ ਬੀਤਿਆ ਹੈ ਨਾ ਬਾਈ ਦੇ ਵੀ ਤੁਸੀਂ ਨੇੜੇ ਰਹੇ ਹੋਗੇ ਕਿਵੇਂ ਲੱਗਦੀ ਸੀ ਬਾਈ ਦੀ ਸੋਚ ਉਹਨਾਂ ਨਾਲ ਰਹਿਣਾ ਜਾਂ ਉਹਨਾਂ ਦੀਆਂ ਗੱਲਾਂ ਬਾਈ ਉਹ ਇੱਕ ਕਿ ਜਿਸ ਤਰ੍ਹਾਂ ਕਿ ਦੁਨੀਆਂ ਦੇ ਵੱਖਰੀ ਚੀਜ਼ ਸੀ ਯਾਰ ਹਾਂ ਕਿ ਬੜਾ ਘੈਂਟ ਇਨਸਾਨ ਸੀ ਕਿ ਗੱਲਾਂ ਵੀ ਹੋਰ ਹੀ ਹੁੰਦੀਆਂ ਸੀ ਉਹਦੀਆਂ ਹਾਂ ਕਿ ਹਾਲੇ ਵੀ ਐਂ ਹੀ ਲੱਗਦਾ ਕਿ ਕਿਤੇ ਮਿਲ ਪੈਣਾ ਉਹਨੇ ਕਿਤੇ ਜਾਂਦੇ ਹੋਈ ਜਾਣਾ ਮੈਚ ਤੇ ਜਿਸ ਤਰ੍ਹਾਂ ਯਾਦ ਆ ਜਾਣਾ ਕਿ ਇੱਧਰ ਆਹ ਪਿੰਡ ਖੇਡੇ ਸੀ ਕਹਿਣਾ ਮਿਲ ਪੈਣਾ ਐਂ ਹੀ ਲੱਗਦਾ ਬਾਈ ਹਾਲੇ ਵੀ ਜੀ ਜੀ ਹਾਂਜੀ ਬਾਕੀ ਇੱਕ ਵਾਰੀ ਉਸਤਾਦ ਨੇ ਮੇਰੇ ਮਿਹਨਤ ਦੀ ਗੱਲ ਆਪਾਂ ਕਰਦੇ ਮਿਹਨਤ ਨਹੀਂ ਲਾਈ ਭਲਵਾਨ ਨੇ ਮੇਰਾ ਡੰਡ ਮਰਾ ਤਾ 100 ਇਸ ਤਰ੍ਹਾਂ ਮੈਚ ਖੇਡੇ ਤੇ ਮੈਚ ਤੋਂ ਬਾਅਦ ਆਉਂਦਾ ਅੱਜ ਮਿਹਨਤ ਲਾਉਣੀ ਸਾਰਿਆਂ ਤੇ ਮੈਨੂੰ ਆਉਂਦਾ ਚੱਲ ਤੂੰ ਵੀ ਆ ਜਾ ਤੇ ਮੈਂ ਡੰਡ ਮਾਰਾਂ 5 ਡੰਡ ਮਾਰਾਂ ਬਹਿ ਜਾਂ ਫਿਰ 5-6 ਮਾਰਾਂ ਬਹਿ ਜਾਂ ਕਹਿੰਦਾ 100 ਪੂਰਾ ਕਰਨਾ ਜਿੱਦਾਂ ਮਰਜ਼ੀ ਕਰਦੇ ਭਾਵੇਂ ਇੱਕ ਮਾਰ ਕੇ ਬਈ ਆ ਅੱਛਾ ਬਾਈ ਸਾਹਮਣੇ ਖੜ ਗਏ ਹਾਂਜੀ ਲੱਗੇ ਤੇ ਮੈਂ ਮਾਰਤਾ 100 ਤੇ ਭਲਵਾਨ ਜੀ ਦੋਵਾਂ ਬਾਹਾਂ ਦਾ ਪਾਟ ਗਿਆ ਮਾਸ ਅੱਛਾ ਹਾਂਜੀ ਤੇ ਘਰਦਿਆਂ ਨੇ ਜਿਸ ਤਰ੍ਹਾਂ ਕਿ ਬਾਅਦ 'ਚ ਮਾਤਾ ਨੇ ਰੋਟੀ ਖਵਾਈ ਜੀ ਹਫ਼ਤਾ ਇੱਕ ਤੇ ਮੈਨੂੰ ਭਲਵਾਨ ਦਾ ਫੋਨ ਆਉਣਾ ਉਹਨੇ ਕਹਿਣਾ ਭਰਾਵਾ ਅਸੀਂ ਤਾਂ ਰੇਡਰ ਗਵਾ ਲਿਆ ਆਪਣਾ ਕਿਤੋਂ ਦੀ ਮਿਹਨਤ ਨਹੀਂ ਲਵਾਉਂਦੇ ਤੂੰ ਸੈੱਟ ਹੋ ਜਲਦੀ ਹਾਂਜੀ
ਬਾਕੀ ਮਿਹਨਤ ਜ਼ਰੂਰੀ ਹੈ ਬਾਈ, ਜਿਸ ਤਰ੍ਹਾਂ ਹੁਣ ਕਿ ਕਈ ਭਰਾ ਨਵੇਂ ਮੁੰਡੇ ਵੇਖਣਗੇ ਨਾ ਇੰਟਰਵਿਊ, ਉਹਨਾਂ ਕਹਿਣਾ ਕਿ ਘਰੇ ਇਸ ਤਰ੍ਹਾਂ ਹੀ ਬਣਿਆ ਜਾਣਾ ਵਾ ਪਲੇਅਰ, ਪਰ ਮਿਹਨਤ ਬਹੁਤ ਜ਼ਰੂਰੀ ਹੈ ਬਿਲਕੁਲ। ਹਾਂਜੀ, ਜੇ ਲੰਮਾ ਸਮਾਂ ਖੇਡਣਾ ਮਿਹਨਤ ਜ਼ਰੂਰੀ ਹੈ, ਬਾਕੀ ਗੋਡ ਗਿਫਟ ਕਿਸੇ ਨੂੰ ਆਉਂਦਾ ਰੇਗ ਨੂੰ ਨਹੀਂ ਹੁੰਦਾ ਬਾਈ, ਬਾਕੀ ਫਿਰ ਵੀ ਲਾੜ ਲਾੜ 'ਚ ਤੁਸੀਂ ਜ਼ੋਰ ਲਾਈ ਜਾਂਦੇ। ਹਾਂਜੀ ਹਾਂਜੀ, ਬਾਕੀ ਆਪਾਂ ਗਰਾਊਂਡ ਇਹ ਨਹੀਂ ਕਿ ਮੈਂ ਕੁਝ ਕਰਦਾ ਤੁਹਾਨੂੰ ਦੇਗਾ, ਜਵਾਕਾਂ ਨਾਲ ਫਿਰ ਇਹ ਨਹੀਂ ਕਿ ਮੈਂ 10 ਕੁ ਮਿੰਟ ਖੇਡਣਾ, ਢਾਈ ਢਾਈ ਤਿੰਨ ਤਿੰਨ ਘੰਟੇ ਬਾਈ। ਅੱਛਾ, ਮੈਂ ਘਰੋਂ 4 ਵਜੇ ਚਲ ਜਾਣਾ। ਅੱਛਾ, ਜਦੋਂ ਕਿ ਆਪ ਘਰੇ ਹੋਈਏ ਮੈਚ 'ਤੇ ਨਾ ਗਏ ਹੋਈਏ, 4 ਵਜੇ ਚਲ ਜਾਣਾ ਅਤੇ ਉੱਥੇ ਬਹਿ ਗਏ ਆਪਣੇ ਉਸਤਾਦ ਕੀ ਮੋਟਰ ਆ, ਉੱਥੇ ਬਹਿ ਗਏ ਘੰਟਾ ਕੁ 5 ਵਜੇ ਗਰਾਊਂਡ 'ਚ ਜਵਾਕਾਂ ਨਾਲ, ਫਿਰ ਸ਼ਾਮੀ 8-9 ਵਜੇ ਤੱਕ ਲੱਗੇ ਰਹਿਣਾ ਉਹਨਾਂ ਨਾਲ, ਫਿਰ ਕਦੀ ਕੁਝ ਕਰ ਲਾ ਕਦੀ ਕੁਝ ਕਰ ਲਾ। ਦੀਪ ਬਾਈ, ਇੱਧਰ ਫਿਰ ਤੁਸੀਂ ਇੱਕ ਪੱਕੀ ਟੀਮ ਹੈ ਤੁਹਾਡੀ, ਹੈ ਨਾ, ਘਰਿਆਲਾ ਜਿਹਦੇ ਲਈ, ਬਾਬਾ ਜੀ ਦੀ ਟੀਮ ਜਿਹਦੇ ਲਈ ਤੁਸੀਂ ਖੇਡਦੇ ਹੋ, ਜ਼ਿਆਦਾਤਰ ਖਿਡਾਰੀ ਤੁਹਾਡੇ ਇੱਧਰਲੇ ਉਸ ਟੀਮ ਦੇ ਨਾਲ ਹੀ ਜੁੜੇ ਹੋਏ ਨੇ। ਹਾਂਜੀ ਬਾਈ, ਬਾਬੇ ਦੀਆਂ 2 ਟੀਮਾਂ ਜੀ। ਅੱਛਾ, ਇੱਕ ਭਾਈ ਲਖਬੀਰ ਸਿੰਘ ਕਬੱਡੀ ਕਲੱਬ ਘਰਿਆਲਾ ਅਤੇ ਇੱਕ ਆਪਣੇ ਵਾਲੀ ਮਾਝਾ ਖਾਲਸਾ ਘਰਿਆਲਾ। ਅੱਛਾ, ਆਪਾਂ ਮਾਝਾ ਖਾਲਸਾ ਘਰਿਆਲਾ ਲਈ ਖੇਡਦੇ ਹਾਂ ਜੀ, ਆਪਣਾ ਕੋਚ ਆ ਜਸਵਿੰਦਰ ਕਲਸੀ। ਅੱਛਾ, ਹਾਂਜੀ, ਅਤੇ ਆਪਾਂ ਬਾਬਿਆਂ ਦੀ ਟੀਮ ਜੀ, ਬਾਬਾ ਅਵਤਾਰ ਸੋਹਣੀ ਘਰਿਆਲੇ ਵਾਲੇ, ਬਾਬਿਆਂ ਦੀ ਆਪਣੇ ਮਾਝੇ ਨੂੰ ਜੀ ਬਹੁਤ ਜਿਸ ਤਰ੍ਹਾਂ ਕਿ ਕਬੱਡੀ ਦਾ ਯੋਗਦਾਨ। ਅਕਸਰ ਹੀ ਪਲੇਅਰ ਉਹਨਾਂ ਦਾ ਜ਼ਿਕਰ ਕਰਦੇ ਆ, ਲੋਕਡਾਊਨ ਤੋਂ ਬਾਅਦ ਵੀ ਕਿ ਜਿਸ ਤਰ੍ਹਾਂ ਮੈਚ ਕੋਈ ਨਹੀਂ, ਬਾਬਿਆਂ ਕਰਾਏ ਪਹਿਲਾਂ ਮੈਚ ਜੀ। ਅੱਛਾ, ਹਾਂਜੀ, ਉਹ ਲੋਕਡਾਊਨ ਹੀ ਕੋਈ, ਕਬੱਡੀ ਸਾਰਾ ਬੰਦ ਸਾਰਾ ਕੁਝ, ਤੇ ਬਾਬਿਆਂ ਕਰਾਇਆ ਪਹਿਲਾਂ ਮੈਚ ਜੀ। ਹਾਂਜੀ, ਪਲੇਅਰਾਂ ਨੂੰ ਮਤਲਬ ਪੂਰੀ ਸਪੋਰਟ ਆ, ਪੂਰੀ ਸਪੋਰਟ ਆ ਜੀ। ਹਾਂਜੀ, ਇੱਕ ਗੱਲ ਬਾਈ, ਮੈਂ ਹੋਰ ਜਿਹੜੀ ਤੁਹਾਡੇ ਮੈਚਾਂ ਨੂੰ ਦੇਖਦਾ ਸੀ, ਮੈਂ ਇੰਟਰਵਿਊ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਮੈਚ ਵੇਖਾਂ ਨਾ ਜ਼ਿਆਦਾਤਰ, ਵੈਸੇ ਤਾਂ ਦੇਖਦੇ ਰਹੀਦਾ, ਅਤੇ ਤੁਸੀਂ ਕਬੱਡੀ ਪਾਉਂਦੇ ਜਾਨ ਜੀ ਨਹੀਂ ਲਗਾਉਂਦੇ ਕਿਸੇ ਮੈਚ 'ਚ, ਕਈ ਵਾਰੀ ਮੈਂ ਦੇਖਿਆ ਤੁਹਾਡੇ ਨਾਲ ਦਾ ਰੇਡਰ ਜੇ ਦੱਬਦਾ ਵੀ ਹੋਵੇ ਜਾਂ ਜਾਫੀਆਂ ਤੋਂ ਵੀ ਗੱਲ ਨਾ ਬਣ ਰਹੀ ਹੋਵੇ, ਤੁਸੀਂ ਕਬੱਡੀ ਉਨੇ ਜੋਸ਼ ਨਾਲ ਹੀ ਪਾ ਕੇ ਆਉਂਦੇ ਹੋ? ਨਹੀਂ, ਸ਼ੁਰੂ ਤੋਂ ਹੀ ਬਈ ਆਪਣਾ ਵਾ ਕਿ ਗੇਮ ਨਾਲ ਗਦਾਰੀ ਨਹੀਂ ਕਰਨੀ, ਆਪਣੀ ਰੋਟੀ ਹੈ ਇੱਕ ਸਾਹਿਬ ਦੀ ਗੇ ਕਬੱਡੀ, ਭਾਜੀ ਆਪਾਂ ਕਬੱਡੀ ਦੇ ਸਿਰ ਤੋਂ ਬਹੁਤ ਕੁਝ ਹਨਾ ਕਿ ਆਪਾਂ ਨੂੰ ਮਿਲਿਆ। ਬਿਲਕੁਲ, ਹਾਂਜੀ, ਅਤੇ ਜੇ ਆਪਾਂ ਉਹਦੇ ਨਾਲ ਗਦਾਰੀ ਕਰਾਂਗੇ, ਮੰਨ ਕੇ ਚੱਲੋ ਤੁਸੀਂ ਕੰਮ ਹੀ ਆ ਬਈ, ਤੁਹਾਡਾ ਆਹ ਕੰਮ ਹਨਾ, ਤੁਸੀਂ ਇਹਦੇ ਨਾਲ ਗਦਾਰੀ ਕਰੋਗੇ ਤੁਹਾਨੂੰ ਨਹੀਂ ਭਾਜੀ, ਤੁਹਾਡੇ ਆਉਣਾ ਹੀ ਆ, ਸਾਹਮਣੇ ਆ ਹੀ ਜਾਣਾ। ਬਿਲਕੁਲ, ਇਸ ਕਰਕੇ ਬਾਈ ਮੇਰੀ ਸੋਚ ਇਹ ਆ ਕਿ ਆਪਾਂ ਕਬੱਡੀ ਤੋਂ ਹੀ ਇੱਥੋਂ ਤੱਕ ਪਹੁੰਚੇ, ਆਪਾਂ ਕਬੱਡੀ ਨਾਲ ਗਦਾਰੀ ਨਹੀਂ ਕਰਨੀ। ਅੱਛਾ, ਹਾਂਜੀ, ਇਸ ਕਰਕੇ ਫਿਰ ਭਾਵੇਂ ਕਿਹਦੇ ਨਾਲ ਮਰਜ਼ੀ ਖੇਡੀਏ, ਭਾਵੇਂ ਨੋਰਮਲ ਟੀਮ ਹੋਵੇ ਭਾਵੇਂ ਕੋਈ ਹੋਵੇ, ਆਪਾਂ ਜ਼ੋਰ ਪੂਰਾ ਮਾਰੀਦਾ ਜੀ। ਜੀ ਜੀ, ਹਾਂਜੀ, ਇੱਕ ਤੁਸੀਂ ਗੱਲ ਸੁਣਾਉਂਦੇ ਸੀ ਬਾਈ, ਜਿਵੇਂ ਹੁਣ ਕੈਨੇਡਾ ਸੀਜ਼ਨ ਤੋਂ ਆਏ ਹੋ, ਪਲੇਅਰਾਂ ਦੀ ਮਿਹਨਤ ਦੀ ਜਿਵੇਂ ਤੁਸੀਂ ਦੱਸਦੇ ਸੀ, ਨਵੇਂ ਖਿਡਾਰੀਆਂ ਨੂੰ ਵੀ ਮਿਹਨਤ ਬਹੁਤ ਜ਼ਰੂਰੀ ਹੈ, ਮੰਗੀ ਬਾਈ ਹੁਣਾਂ ਨੂੰ ਤੁਸੀਂ ਮਿਹਨਤ ਕਰਦਿਆਂ ਨੂੰ ਦੇਖਿਆ ਸੀ ਪਾਸੇ ਬੈਠਿਆਂ ਨੇ ਸਾਈਡ ਤੋਂ, ਉਹ ਥੋੜੀ ਜਿਹੀ ਗੱਲ ਦੱਸੋ ਵੀ ਉਸਤਾਦ ਉਹਨਾਂ ਦੀ ਮਿਹਨਤ ਦਾ। ਲੈਜੈਂਡ ਬੰਦੇ, ਤੁਹਾਨੂੰ ਪਤਾ ਹਨਾ ਬਾਈ, ਅਸੀਂ ਕਮਰਿਆਂ 'ਚ ਪਏ ਹੋਣਾ। ਅੱਛਾ, ਤੇ ਕਮਰੇ 'ਚ ਇਹ ਬਾਰੀਆਂ ਵਾਲੀਆਂ ਹਨਾ ਲੱਗੀਆਂ ਵੱਡੀਆਂ, ਤੇ ਗਰਾਊਂਡ ਹੀ ਬੈਕ ਸਾਈਡ, ਅਸੀਂ ਉੱਥੇ ਬੈਠੇ ਹੋਣਾ, ਤੇ ਉਸਤਾਦ ਹੋਣਾ, ਮੰਗੀ ਉਸਤਾਦ ਨੇ ਇਕੱਲੇ ਨੇ ਕਈ ਵਾਰੀ ਬਾਈ ਦੁਪਹਿਰੇ ਲੱਗਾ ਹੋਣਾ ਮਿਹਨਤ ਲਾਉਣ, ਦੁਪਹਿਰ ਟਾਈਮ ਹੀ, ਹਾਂ ਦੁਪਹਿਰ ਟਾਈਮ ਫੁੱਲ ਗਰਮੀ ਹੋਣੀ, ਤੇ ਅਸੀਂ ਸੋਚਣਾ ਕਿ ਅਸੀਂ ਹਾਲੇ ਸੁੱਤੇ ਉੱਠੇ ਹੋਣਾ, ਤੇ ਉਸਤਾਦ ਨੇ ਮਿਹਨਤ ਕਰਨ ਲਿਆਉਣਾ ਬਾਈ। ਅੱਛਾ, ਹਾਂ, ਮਿਹਨਤ ਬਹੁਤ ਜ਼ਰੂਰੀ ਆ, ਬਾਕੀ ਮਿਹਨਤ ਕੀਤੀ ਤਾਂ ਵੇਖ ਲਓ ਕਿੰਨਾ ਟਾਈਮ ਸਮਾਂ ਹੋ ਗਿਆ ਖੇਡਦੇ ਨੂੰ ਉਹਨਾਂ ਨੂੰ। ਬਿਲਕੁਲ, ਹਾਂਜੀ, ਪਰਿਵਾਰ 'ਚ ਕੌਣ ਕੌਣ ਆ ਬਾਈ ਤੁਹਾਡੇ ਇਸ ਫੈਮਿਲੀ ਦੇ ਵਿੱਚ? ਫੈਮਿਲੀ ਬਾਈ ਮੋਮ ਆ, ਡੈਡ ਆ, ਅਤੇ ਪਤਨੀ ਆ ਮੇਰੀ ਜੀ, ਅਤੇ ਗੁੱਡੀਆ ਵਾ, ਅਤੇ ਵੱਡਾ ਭਾਈ ਆ ਉਹ ਬਾਹਰ ਆ, ਅਤੇ ਹੁਣ ਭਾਈ ਦਾ ਵਿਆਹ ਹੋ ਗਿਆ ਥੋੜ੍ਹੇ ਦਿਨ ਹੋਏ, ਹੁਣ ਭਾਬੀ ਜੀ ਵੀ ਆ, ਬਾਹਰ ਹੀ ਵਿਆਹ ਹੋਇਆ? ਹਾਂਜੀ, ਬਾਹਰ ਹੀ ਹੋਇਆ ਜੀ। ਸੋਸ਼ਲ ਮੀਡੀਆ ਬਾਈ ਕਿੰਨਾ ਕੁ ਚਲਾਉਂਦੇ ਹੋ ਤੁਸੀਂ, ਦੂਜੇ ਖਿਡਾਰੀਆਂ ਵਾਂਗ ਚਲਾਉਂਦੇ ਹੋ ਜਾਂ ਘੱਟ ਚਲਾਉਂਦੇ? ਸੋਸ਼ਲ ਮੀਡੀਆ ਬਹੁਤ ਘੱਟ ਬਾਈ। ਅੱਛਾ, ਅਤੇ ਬਸ ਇਸ ਤਰ੍ਹਾਂ ਮਾੜਾ ਮੋਟਾ ਚਲਾ ਲਈਦਾ, ਕਿਤੇ ਵਿਹਲੇ ਬੈਠੇ ਹੋਈਏ। ਜਿਵੇਂ ਤੁਹਾਡੇ ਵੀਡੀਓ ਕਲਿੱਪ ਪੈਂਦੀਆਂ, ਤੁਹਾਡੀਆਂ ਟੌਪ ਦੀਆਂ ਕਬੱਡੀਆਂ ਪੈਂਦੀਆਂ ਜਾਂ ਕੋਈ ਹੋਰ ਹੈ ਨਾ, ਤੁਹਾਡੀਆਂ ਰੇਡਾਂ ਸਾਹਮਣੇ ਆਉਂਦੀਆਂ ਅਕਸਰ, ਤੁਸੀਂ ਦੇਖਦੇ ਹੋਵੋਗੇ, ਅਤੇ ਉਹਨਾਂ ਥੱਲੇ ਕਈ ਵਾਰੀ ਪੋਜ਼ੀਟਿਵ ਕਮੈਂਟ ਵੀ ਹੁੰਦੇ, ਕਈ ਵਾਰੀ ਨੈਗੇਟਿਵ ਵੀ, ਲੋਕ ਸੋਚਦੇ ਹਰ ਤਰ੍ਹਾਂ ਦੀ ਦੁਨੀਆ, ਕਦੇ ਮਨ ਟੁੱਟਦਾ ਉਹਨਾਂ ਗੱਲਾਂ ਨੂੰ ਸੋਚ ਕੇ ਜਾਂ ਹੌਸਲਾ ਮਿਲਦਾ? ਬਈ ਹੌਸਲਾ ਮਿਲਦਾ, ਮੈਂ ਤਾਂ ਸਾਰਿਆਂ ਨੂੰ ਇਹ ਆਖੂੰਗਾ ਕਿ ਜਿਹੜੇ ਭਰਾ ਪਿਆਰ ਕਰਦੇ ਆ ਉਹਨਾਂ ਦਾ ਤਾਂ ਧੰਨਵਾਦ ਹੈਗਾ ਹੀ ਆ, ਜਿਹੜਾ ਗਲਤ ਕਰਦੇ ਆ ਹੈ ਨਾ, ਜਿਹੜੇ ਮੇਰੇ ਲਈ ਟਾਈਮ ਕੱਢਦੇ ਆ ਗਲਤ ਕਮੈਂਟ ਕਰਨ ਨੂੰ, ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਕਿ ਭਾਵੇਂ ਗਲਤੀ ਕਰਦੇ ਆ ਪਰ ਟਾਈਮ ਤਾਂ ਕੱਢ ਦਈ ਆ ਮੇਰੇ ਲਈ, ਕਿ ਮੈਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਭਰਾ ਮੇਰੇ, ਕਿ ਕੋਈ ਚੱਕਰ ਨਹੀਂ ਆ, ਸਮਾਂ ਤਾਂ ਦਿੰਦੇ। ਹਾਂਜੀ, ਸਮਾਂ ਤਾਂ ਦਿੰਦੇ ਹੀ ਆ। ਬਿਲਕੁਲ, ਹਾਂਜੀ, ਇੱਕ ਉਹ ਮੁੰਡਾ ਸਾਡੇ ਨਾਲ ਜਿਹੜਾ ਕੈਮਰਾਮੈਨ ਆ, ਉਹਦਾ ਸਵਾਲ ਆ, ਕਹਿੰਦੇ ਵੀ ਜਦੋਂ ਤੁਸੀਂ ਖੇਡਣ ਜਾਂਦੇ ਹੋ ਮਾਲਵੇ ਦੇ ਵਿੱਚ ਜਾਂ ਦੁਆਬੇ 'ਚ, ਮਾਝੇ ਵਾਲੀ ਕਬੱਡੀ ਜਿੰਨਾ ਹੀ ਪਿਆਰ ਮਿਲਦਾ ਇੱਥੋਂ ਦੇ ਲੋਕਾਂ ਜਿੰਨਾ ਹੀ ਪਿਆਰ ਮਿਲਦਾ ਜਾਂ ਕੁਛ ਫਰਕ ਆ ਉੱਧਰ ਤੁਹਾਨੂੰ ਲੋਕ ਜਿਵੇਂ ਚਾਹੁੰਦੇ ਆ? ਮਾਲਵੇ 'ਚ ਬਈ ਜ਼ਿਆਦਾ ਪਿਆਰ ਮਿਲਦਾ। ਅੱਛਾ, ਮਾਲਵੇ ਵਾਲੇ ਬਹੁਤ ਜ਼ਿਆਦਾ ਪਿਆਰ ਮਿਲਦਾ ਬਈ। ਹਾਂਜੀ, ਕਿ ਜਿਸ ਤਰ੍ਹਾਂ ਆਪਣੇ ਮਾਝੇ 'ਚ ਤਾਂ ਮਿਲਦਾ ਪਰ ਸਾਰਿਆਂ ਨੂੰ ਵੱਧ ਪਿਆਰ ਮਾਲਵੇ 'ਚ ਮਿਲਦਾ। ਜੀ ਜੀ, ਹਾਂਜੀ, ਲੋਕਾਂ ਦਾ ਇਕੱਠ ਵੀ ਜ਼ਿਆਦਾ ਹੁੰਦਾ, ਇਕੱਠ ਵੀ ਜ਼ਿਆਦਾ ਹੁੰਦਾ, ਚਾਹੁਣ ਵਾਲੇ ਵੀ ਜ਼ਿਆਦਾ। ਹਾਂਜੀ, ਕਿਉਂਕਿ ਉਹਦਾ ਸਿੱਖਵਾ ਸੀ, ਕਹਿੰਦਾ ਮੇਰੀ ਫੋਟੋ ਕਰਾਉਣ ਹੀ ਰਹਿ ਗਿਆ। ਨਹੀਂ ਨਹੀਂ, ਕੋਈ ਚੱਕ ਨਹੀਂ ਭਰਾ ਜੀ, ਹਾਂ, ਫੋਟੋ ਤਾਂ ਆਪਾਂ ਮਨਾ ਹੀ ਨਹੀਂ ਕੀਤਾ ਬਾਈ ਕਦੀ, ਬਸ ਉੱਦਾਂ ਹੀ ਆ, ਕਦੀ ਕਦਾਈ ਜੇ ਜ਼ੋਰ
ਤੁਸੀਂ ਕਬੱਡੀ ਪਾ ਕੇ ਢੇਰੀਆਂ ਵੱਲ ਨੂੰ ਆਉਂਦੇ ਹੋ, ਉਸ ਵਕਤ ਹਰ ਵਾਰੀ ਹੁੰਦਾ ਤੁਹਾਡੇ ਮਨ 'ਚ ਕਿ ਨੱਚਣਾ, ਥਾਪੀ ਮਾਰਨੀ ਆ ਜਾਂ ਖੜ ਕੇ ਜਾਣਾ ਜਾਂ ਹੱਸ ਕੇ ਜਾਣਾ, ਕਿ ਕਦੇ ਕਦੇ ਮੂਡ ਹੀ ਬਣਦਾ ਹੁੰਦਾ ਕਿ ਹਰ ਕਬੱਡੀ 'ਤੇ ਇਹੀ ਹੁੰਦਾ ਵੀ ਹਾਂ ਕਰਕੇ ਨਿਕਲਣਾ? ਨਹੀਂ ਨਹੀਂ, ਹੱਸਦਾ ਤਾਂ ਬਾਈ ਮੈਂ ਚਲੋ ਉੱਦਾਂ ਵੀ ਰਹਿੰਦਾ ਵਾਂ, ਹੱਸਣਾ ਹਰੇਕ ਗੋਡੀ 'ਤੇ ਹੀ ਆ, ਬਾਕੀ ਐਕਸ਼ਨ ਜਦੋਂ ਮੰਨ ਕੇ ਮੂਡ ਜਿਹਾ ਹੋਵੇ, ਜਦੋਂ ਅੰਦਰੋਂ ਆਵਾਜ਼ ਆਵੇ ਉਦੋਂ ਕਰੀਦੀ ਆ ਜੀ। ਫਿਰ ਇਹ ਨਹੀਂ ਕਿ ਜਾਫ ਲੈਣ ਭਾਰੀ ਆ, ਹੋਲੀ ਆ, ਕਈ ਵਾਰੀ ਹੁੰਦਾ ਕਿ ਐਂਡ 'ਚ ਤਾਂ ਥਾਪੀਆਂ ਮਾਰ ਲਾ, ਆਪਣਾ ਸ਼ੁਰੂ ਤੋਂ ਹੀ ਬਾਈ ਜੇ ਮਾਰਨੀਆਂ ਸ਼ੁਰੂ ਤੋਂ ਹੀ, ਅਤੇ ਜੇ ਨਹੀਂ ਮਾਰਨੀਆਂ ਫਿਰ ਨਹੀਂ ਮਾਰਨੀਆਂ, ਫਿਰ ਕੋਈ ਪਰਵਾਹ? ਹਾਂਜੀ, ਫਿਰ ਕੋਈ ਪਰਵਾਹ ਨਹੀਂ ਬਾਈ, ਕਿਉਂਕਿ ਜਿਵੇਂ ਤੁਹਾਡੇ 'ਤੇ ਖਿਤਾਬ ਆ ਤੁਹਾਨੂੰ ਮਿਲਿਆ ਹੋਇਆ ਵੀ ਐਕਸ਼ਨਾਂ ਵਾਲੀ ਮਸ਼ੀਨ ਜਾਂ ਐਕਸ਼ਨ ਬੋਆਏ ਕਹਿੰਦੇ ਨੇ, ਹੈ ਨਾ, ਅਤੇ ਉਹ ਚੀਜ਼ ਦਾ ਵੀ ਮਨ ਦੇ ਵਿੱਚ ਰਹਿੰਦਾ, ਲੋਕ ਆਸ ਕਰਦੇ ਨੇ ਵੀ ਦੀਪ ਆ ਗਿਆ ਹੁਣ ਐਕਸ਼ਨ ਤਾਂ ਕਰੂਗਾ ਹੀ ਕੋਈ ਨਾ? ਨਹੀਂ, ਬਹੁਤ ਬਾਈ ਜਿਸ ਤਰ੍ਹਾਂ ਕਿ ਦਰਸ਼ਕ ਬਹੁਤ ਜ਼ੋਰ ਲਾਉਂਦੇ ਹੁੰਦੇ, ਕਈ ਵਾਰੀ ਐਕਸ਼ਨ ਕਰ ਦਿਉ, ਹੈ ਨਾ, ਫਿਰ ਕਈ ਵਾਰੀ ਕਿ ਹੁੰਦਾ ਵੀ ਆ, ਕਈ ਵਾਰੀ ਨਹੀਂ ਵੀ ਮੂਡ ਹੁੰਦਾ, ਹੈ ਨਾ, ਬਿਲਕੁਲ, ਫਿਰ ਮੈਂ ਸਾਰਿਆਂ ਭਰਾਵਾਂ ਨੂੰ ਦੱਸ ਦਿੰਦਾ ਉਹਨਾਂ ਕਿ ਨਹੀਂ ਅੱਜ ਨਹੀਂ, ਹੈ ਨਾ, ਅਤੇ ਅਗਲਾ ਵੀ ਫੀਲ ਨਾ ਕਰੇ ਹੁਣ, ਕਈ ਵੀ ਕਿ ਵਿਚਾਰੇ ਸੋਚਦੇ ਰਹਿੰਦੇ ਕਦੋਂ ਐਕਸ਼ਨ ਕਰੇ ਦੀਪ, ਕਦੋਂ ਐਕਸ਼ਨ ਕਰੇ, ਹੈ ਨਾ, ਫਿਰ ਅਗਲਿਆਂ ਨੂੰ ਵੀ ਫੀਲ ਹੁੰਦਾ, ਫਿਰ ਉਹਨਾਂ ਨੂੰ ਭਰਾਵਾਂ ਨੂੰ ਦੱਸ ਦੇਈਦਾ ਹੁੰਦਾ। ਅੱਛਾ, ਮਨ ਹੁੰਦਾ ਵੀ ਅੱਜ ਨਹੀਂ ਹੈਗਾ? ਹਾਂਜੀ ਹਾਂਜੀ, ਫਿਰ ਤੁਹਾਨੂੰ ਪਤਾ ਜ਼ਿਆਦਾ ਚੰਗਾ ਵੀ ਨਹੀਂ ਲੱਗਦਾ, ਤਾਂ ਵੀ ਲੋਕ ਜੇ ਤਰ੍ਹਾਂ ਆਪਾਂ ਅੱਗੇ ਗੱਲ ਕਰਦੇ ਤਾਂ ਵੀ ਮਾੜਾ ਕਹਿਣ ਲੱਗ ਪੈਂਦੇ, ਜੇ ਆਪਾਂ ਡੇਲੀ ਕਰਾਂਗੇ ਲੋਕੀ ਪਸੰਦ ਕਰਨ ਹਟ ਜਾਂਦੇ, ਵੀ ਜ਼ਿਆਦਾ ਹੀ ਕਰ ਰਹੇ। ਹਾਂਜੀ ਹਾਂਜੀ, ਕੋਈ ਵੀ ਕੰਮ ਆ ਆਪਾਂ ਡੇਲੀ ਉਹ ਕਰਾਂਗੇ ਅਤੇ ਜਿਹੜਾ ਲੋਕ ਦੇਖਦੇ ਆ ਉਹ ਪਸੰਦ ਕਰਨ ਹਟ ਜਾਂਦੇ ਆ, ਕੁਝ ਵੀ ਲਾ ਲਓ, ਅਤੇ ਇਸ ਕਰਕੇ ਕਦੀ ਕਦਾਈ ਸੋਹਣਾ ਲੱਗਦਾ ਕਿਤੇ ਕਿਤੇ। ਵਾਕਈ ਸਹੀ ਗੱਲ। ਹਾਂਜੀ ਬਾਈ, ਸੋ ਦੀਪ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ, ਅਸੀਂ ਤੁਹਾਡਾ ਸਮਾਂ ਲਿਆ, ਹੈ ਨਾ, ਬੇਸ਼ੱਕ ਤੁਸੀਂ ਰੁਝੇਵਿਆਂ 'ਚੋਂ ਅਤੇ ਅੱਜ ਡੇਲੀ ਵਾਜ ਦੇ ਦਰਸ਼ਕਾਂ ਦੇ ਰੂਬਰੂ ਹੋਏ, ਵੱਡੇ ਵੀਰ ਗੱਲਾਂ ਬਾਤਾਂ ਕੀਤੀਆਂ, ਬਹੁਤ ਸ਼ੁਕਰੀਆ ਵੀਰੇ ਤੁਹਾਡਾ। ਤੁਹਾਡਾ ਧੰਨਵਾਦ ਭਾਅ ਜੀ, ਤੁਸੀਂ ਪਹੁੰਚੇ ਘਰੇ ਆਪਣੇ। ਸੋ ਦੋਸਤੋ, ਇਹ ਸੀ ਸਾਡੀ ਗੱਲਬਾਤ ਬਾਈ ਦੀਪ ਦਬੁਰਜੀ ਦੇ ਨਾਲ। ਬਾਈ ਦਾ ਪਿੰਡ ਬਿਲਕੁਲ ਅੰਮ੍ਰਿਤਸਰ ਦੀ ਧਰਤੀ ਦੇ ਬਿਲਕੁਲ ਸ਼ਹਿਰ ਦੇ ਵਿੱਚ ਆਉਂਦਾ। ਅਸੀਂ ਜਦੋਂ ਅਕਸਰ ਹੀ ਦਰਬਾਰ ਸਾਹਿਬ ਵੱਲ ਲੋਕ ਆਉਂਦੇ ਨੇ ਜਾਂ ਕਿਸੇ ਅੰਮ੍ਰਿਤਸਰ ਵੱਲ ਗੇੜਾ ਲੱਗਦਾ ਤਾਂ ਰਸਤੇ ਦੇ ਵਿੱਚ ਸਭ ਤੋਂ ਪਹਿਲਾਂ ਗੋਲਡਨ ਗੇਟ ਦੇ ਕੋਲ ਬਾਈ ਦਾ ਪਿੰਡ ਹੈ ਦਬੁਰਜੀ। ਸੋ ਅੱਜ ਬਾਈ ਨਾਲ ਕਬੱਡੀ ਬਾਰੇ, ਬਾਈ ਦੀ ਖੇਡ ਬਾਰੇ, ਬਾਈ ਦੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ। ਪਿੱਟੂ ਚੱਕ ਵਾਲਾ ਫਿਰ ਹੋਵੇਗਾ ਹਾਜ਼ਰ, ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।